ਇੰਨਾ ਕੁ ਸਦ ਕੀਤਾ ਜਾਂਦੇ ਗੁਪਤ ਅੰਗਾਂ 'ਤੇ ਵੀ ਠੁੱਡੇ ਮਾਰੇ ਸੀਗੇ ਜਾਂਦੇ ਅਤੇ ਜਾਂਦੇ ਚੱਡੇ ਪਾਠ 'ਤੇ ਸੀ ਉਹਨਾਂ ਦੇ ਜਾਂਦੇ। ਅਖੀਰ ਨੂੰ ਜਦੋਂ ਸ਼ਹੀਦ ਹੁੰਦੇ ਆ ਦੱਸਦੇ ਆ ਕਹਿੰਦੇ ਵੀ ਜੇ ਲਾਸ਼ ਉਹਨਾਂ ਨੇ ਆਈ ਤਾਂ ਸੁੱਟਤੀ ਤਾਂ ਫਿਰ ਫੁੱਲ ਕੇ ਤਾਂ ਆਜੂਗੀ, ਪਰ ਉਹਦੇ ਟੋਟੇ ਕਰ ਕਰਕੇ ਦਰਿਆ ਦੇ ਵਿੱਚ ਰੁੜੇ ਜਾਂਦੇ ਵੀ ਲਾਸ਼ ਬਣਾ ਮਿਲੇ ਪਰਿਵਾਰ ਨੂੰ। ਸਾਡੀ ਮਾਤਾ ਨੇ ਸਾਨੂੰ ਪਾਲਿਆ, ਸਾਨੂੰ ਬਾਹਰੋਂ ਪਤਾ ਲੱਗ ਗਿਆ ਸੀਗਾ ਵੀ ਸ਼ਹੀਦ ਕਰਦੇ। 4 ਦਸੰਬਰ ਨੂੰ ਸਾਨੂੰ ਪਤਾ ਲੱਗਿਆ ਕਹਿੰਦੇ ਵੀ ਭਗੌੜੇ ਹੋ ਗਏ। ਸਾਨੂੰ ਪਤਾ ਸੀ ਵੀ ਜਿਹੜਾ ਬੰਦਾ ਕੁੱਟਿਆ ਮਾਰਿਆ ਹੋਵੇ ਜਿਹਦੀਆਂ ਲੱਤਾਂ ਬਾਹਾਂ ਤੋੜੀਆਂ ਹੋਣ ਅਤੇ ਕਿਵੇਂ ਭੱਜ ਲੂਗਾ। ਆਪਾਂ ਪਸ਼ੂ ਵੀ ਨੇਨਾ ਜਾਂਦੇ ਕੁੱਟ ਸਕਦੇ ਜਿੰਨਾ ਇਹਨਾਂ ਨੇ ਕੁੱਟਿਆ ਜਾਣਦੇ। ਇੱਥੇ ਗੁਰਮੀਤ ਸਿੰਘ ਬਾਅਦ 'ਚ ਆਇਆ, ਮੈਂ ਜਦੋਂ ਭੱਜ ਕੇ ਮੈਂ ਗੁੱਸੇ ਨਾਲ ਗਈ ਉਹਦੇ ਕੋਲ, ਮਤਲਬ ਵੀ ਮੈਂ ਗਧਾ ਕਲਾਵਾਂ ਫੜਾਂ ਅਤੇ ਪੁਲਿਸ ਵਾਲਿਆਂ ਨੂੰ ਪਿੱਛੇ ਕਰਤਾ, ਬਸ ਮਾਤਾ ਬਸ ਮਾਤਾ, ਮੈਂ ਕਿਹਾ ਤੂੰ ਲੱਗਿਆ ਦੱਸ ਕਿੱਥੇ। ਸਾਡਾ ਤਾਂ ਚਲੋ ਪਿਤਾ ਜੀ ਸੀਗੇ, ਉਹ ਜੱਥਾ ਕੌਮ ਦੇ ਸੀਗੇ, ਸਾਡੇ ਮਨ 'ਚ ਗਿਲਾ ਵੀ ਆ ਵੀ ਜੱਥਾ ਕੌਮ ਦੇ ਸੀਗੇ, ਕਿਸ ਕੌਮ ਨੂੰ ਲੜਨਾ ਚਾਹੀਦਾ ਸੀ। ਅਸੀਂ ਛੋਟੇ ਸੀਗੇ, ਸਾਡੀ ਮਾਤਾ ਇਕੱਲੀ ਸੀਗੀ। ਸਤਲੁਜ ਦੇ ਕੰਢੇ ਖੜ੍ਹੇ ਹੋ ਜਾ ਕੇ ਕਦੇ ਜਿੱਥੇ ਇਹ ਕਿਹਾ ਗਿਆ ਕਿ ਹਾਂ ਇੱਥੇ ਉਹਨਾਂ ਦੀ ਲਾਸ਼ ਨੂੰ? ਮਰ ਚਾਹੁੰਦਾ ਪਤਾ ਲੱਗਣਾ ਚਾਹੀਦਾ ਵੀ ਕੀ ਗੱਲ ਹੋਈ ਆ, ਕਿਵੇਂ ਸ਼ਹੀਦ ਕੀਤੇ, ਬਸ ਇਹੀ ਸਾਨੂੰ ਪਤਾ ਲੱਗਣਾ ਚਾਹੀਦਾ। ਸਾਨੂੰ ਇਹ ਤਾਂ ਪਤਾ ਵੀ ਉਹ ਤਾਂ ਸਾਡੇ ਕੋਲ ਹੁਣ ਆਉਣੇ ਨਹੀਂ। ਘੋਟਨੇ ਨਾਲ ਬਹਿਸ ਬੁਲਾਰਾ ਵੀ ਹੋਇਆ ਜਾਂਦੇ, ਉਹਨਾਂ ਨੇ ਜਦੋਂ ਗਾਲ ਕੱਢੀ ਤਾਂ ਉਹਨੂੰ ਪਤਾ ਸੀ ਉੱਚੜ ਕਿਸਮ ਦਾ ਬੰਦਾ ਸੀਗਾ ਜੀ, ਤਾਂ ਉਹਨਾਂ ਨੇ ਜਦੋਂ ਇਹ ਗੱਲ ਕੀਤੀ ਉਹਦੇ ਗਲ ਮੈਨੂੰ ਹੱਥ ਪਾ ਲਿਆ ਸੀ ਘੋਟਨੇ ਦੇ, ਕਹਿੰਦੇ ਤੂੰ ਇਹ ਕੀ ਕਵੇਂਗਾ। ਅਤੇ ਉਦੋਂ ਬਾਅਦ ਫਿਰ ਉਹਨੇ ਜਦੋਂ ਇਹ ਗੱਲ ਹੋਈ ਤਾਂ ਬਾਹਰ ਆਪਦੀ ਸਿਕਿਉਰਿਟੀ ਨੂੰ ਸੱਦ ਕੇ ਜਾਂਦੇ, ਫਿਰ ਉਹ ਜੋ ਉਹਨਾਂ ਤੋਂ ਹੋਇਆ ਉਹਨਾਂ ਨੇ ਕੀਤਾ ਜਾਂਦਾ। ਨੇੜੇ ਪਿੰਡਾਂ 'ਚ ਮੁਕਾਬਲਾ ਹੋ ਗਿਆ ਸੀਗਾ, ਉਦੋਂ ਸਮੇਤ ਸਿੰਘ ਸੈਣੀ ਇਹਨਾਂ ਨੂੰ ਚੱਕ ਕੇ ਲੈ ਗਿਆ ਸੀਗਾ। ਸਮੇਤ ਸਿੰਘ ਸੈਣੀ ਨੇ ਮੂੰਹ 'ਤੇ ਧੂੰਆਂ ਮਾਰਿਆ ਸਿਗਰਟ ਦਾ, ਇਹਨਾਂ ਨੇ ਜਾਂਦੇ ਵੱਟ ਕੇ ਉਹਦੇ ਥੱਪੜ ਮਾਰਿਆ, ਕਹਿੰਦੇ ਮੈਂ ਕੌਮ ਦਾ ਜੱਥੇਦਾਰ ਹਾਂ, ਤੂੰ ਮੇਰੇ 'ਤੇ ਇਹ ਚੀਜ਼ ਨਹੀਂ ਕਰਦਾ। ਸੰਗਰੂਰ ਜੇਲ੍ਹ ਦੇ ਵਿੱਚ ਸੀਗੇ, ਉਹਨਾਂ ਨੂੰ ਉੱਥੇ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੂੰ ਪੁਆਇਜ਼ਨ ਦਿੱਤੀ ਗਈ। ਤੁਹਾਨੂੰ ਕੀ ਲੱਗਦਾ ਉਹਨਾਂ ਦੇ ਕਤਲ 'ਚ ਕੋਈ ਹੋਰ ਵੀ ਸ਼ਾਮਿਲ ਸੀ, ਕੋਈ ਜਿਹੜੇ ਅਖੌਤੀ ਪੰਥਕ ਲੀਡਰ ਸੀ ਉਹ ਵੀ ਚਾਹੁੰਦੇ ਸੀ ਨਾ ਰਹਿਣ? ਨਾਲ ਦੇ ਸਿੰਘ ਦੱਸਦੇ ਆ ਕਹਿੰਦੇ ਵੀ ਸੰਤ ਭਿੰਡਰਾਂ ਵਾਲੇ ਦੁਆਰੇ ਆ ਗਏ, ਕਿਉਂਕਿ ਚਿਹਰਾ ਮੂਰਾ ਉਹਨਾਂ ਦੇ ਨਾਲ ਮਿਲਦਾ ਸੀ। ਆਪ ਵੀ ਸਰਕਾਰਾਂ ਫੜ ਲੈਂਦੀ ਸੀ, ਆਪ ਵੀ ਛੱਡ ਦਿੰਦੀਆਂ ਸੀਗੀਆਂ, ਕਦੇ ਉਹਨਾਂ ਨੇ ਨਾ ਜ਼ਮਾਨਤ ਨਹੀਂ ਕਰਾਈ ਸੀ। ਇੱਕ ਇਹ ਮੇਨ ਪੁਆਇੰਟ ਆ ਜਾਂਦੇ, ਕਿਉਂਕਿ ਉਹ ਕਹਿੰਦੇ ਵੀ ਮੈਂ ਤਾਂ ਬਾਣੀ ਪੜ੍ਹਨੀ ਆ, ਮੈਂ ਘਰ ਬਹਿ ਕੇ ਪੜ੍ਹ ਲਾਂ ਜਾਂ ਜੇਲ੍ਹ 'ਚ ਬਹਿ ਕੇ ਪੜ੍ਹ ਲਾਂ। ਸੰਤ ਇਹ ਆ ਵੀ ਕੌਮ ਨੂੰ ਪਤਾ ਲੱਗ ਜਾਵੇ ਵੀ ਸਾਡੇ ਜੱਥੇਦਾਰ ਨਾਲ ਹੋਇਆ ਕੀ ਆ। ਚਲੋ ਸ਼ਹੀਦ ਤਾਂ ਆਪਾਂ ਨੂੰ ਪਤਾ ਹੀ ਸ਼ਹੀਦ ਕਰਤੇ ਆ, ਉਹਦਾ ਕੋਈ ਲੁਕੀ ਛੁਪੀ ਗੱਲ ਨਹੀਂ, ਸਾਨੂੰ ਬਸ ਇਹੀ ਆ ਵੀ ਕਿੱਥੇ ਸ਼ਹੀਦ ਕੀਤੇ ਆ ਵੀ ਕਿੱਥੇ ਸਿੱਟੇ ਜਾਂਦੇ। 1% ਕਦੇ ਤੁਹਾਡੇ ਦਿਮਾਗ 'ਚ ਆਇਆ ਵੀ ਇਹ ਸੱਚ ਹੋ ਸਕਦਾ ਜੋ ਪੁਲਿਸ ਕਹਿ ਰਹੀ ਹੈ ਵੀ ਭਗੌੜੇ ਹੋ ਗਏ? ਬਿਲਕੁਲ ਵੀ ਨਹੀਂ, ਕਦੇ ਵੀ ਨਹੀਂ। ਆਖਰੀ ਵਾਰ ਕੀ ਗੱਲ ਹੋਈ ਸੀ ਤੁਹਾਡੀ, ਕੋਈ ਯਾਦ?
ਆਪਦੀ ਮਾਤਾ ਦੇ ਆਖੇ ਲੱਗਿਆ ਕਰ, ਗੱਲੀ ਗੱਲੀ ਸਮਝਾਉਣ ਲੱਗ ਗਏ ਸੀਗੇ ਜਾਂਦੇ, ਉਹਨਾਂ ਨੇ ਆਪਦੇ ਅੰਤ ਦਾ ਪਤਾ ਸੀਗਾ, ਕਿਉਂਕਿ ਹਮੇਸ਼ਾ ਬਾਣੀ ਪੜ੍ਹਨੀ ਬੰਦੇ ਨੂੰ ਪਤਾ ਲੱਗ ਹੀ ਜਾਂਦਾ ਵਾ। ਆਪਣੀ ਜ਼ਮੀਨ ਵੀ ਨਾ ਨੌਕਰਾਤੀ ਸੀ ਅਗਲੇ ਮਹੀਨੇ ਅੱਗੋਂ, ਮੈਂ ਕਹੇ ਕੀ ਗੱਲ, ਕਹਿੰਦੇ ਲੈ ਕੋਈ ਕੰਮ ਹੁੰਦਾ ਘਰ, ਮੈਂ ਜਿਵੇਂ ਜਾਂ ਤੁਸੀਂ ਕੋਈ ਕਰਨਾ ਹੁੰਦਾ ਤਾਂ ਆਪਦਾ ਕਰੀ ਚੱਲੇ, ਮੈਂ ਤਿਆਰ ਨਾ ਵਾ ਮੇਰੇ ਨਾਲ ਉਹਦੇ ਤੋਂ। ਖੰਡਮੇ ਦੇ ਵਿੱਚ ਬੀਬੀ ਤਿਵਾੜੀ ਰਿਪੋਰਟ ਆਈ ਸੀਗੀ ਅਤੇ ਉਦੋਂ ਸਾਰੇ ਆਉਂਦੇ ਸੀਗੇ, ਅਤੇ ਉਸ ਤੋਂ ਬਾਅਦ ਰਿਪੋਰਟ ਬਣਾ ਕੇ ਦੇਤੀ ਆ। ਉਦੋਂ ਬਾਅਦ ਕਈ ਸਰਕਾਰਾਂ ਆਈਆਂ, 5 ਸਰਕਾਰਾਂ ਪਹਿਲਾਂ ਸੀ, 6ਵੀਂ ਸਰਕਾਰ ਹੁਣ ਵਾ, ਹਰ ਤੱਕ ਕਿਸੇ ਨੇ ਕੁਝ ਨਹੀਂ ਕੀਤਾ। ਜਾਂਦਾ ਤੁਸੀਂ ਪੰਥਕ ਪਰਿਵਾਰ ਸੀ, ਅਕਾਲੀ ਦਲ ਦੇ ਨੇੜੇ ਰਹੇ ਹੋ, ਬਾਦਲ ਸਾਹਿਬ ਦੀ ਸਰਕਾਰ ਰਹੀ, ਕਿਸਨੇ ਕੁਝ ਨਹੀਂ ਕੀਤਾ। ਮੇਰੇ ਤੋਂ ਬਹੁਤ ਜ਼ਿਆਦਾ ਸਾਦਰ ਕੀਤਾ ਸੀਗਾ, ਸਿਰਫ ਕਾਰਨ ਕੀ ਸੀਗਾ ਵੀ ਇਹ ਕੇਸ ਨਾ ਚੱਕਣ। ਉੱਥੋਂ ਦਾ ਬੰਬ ਧਮਾਕੇ ਦਾ ਕੇਸ ਪਾਤਾ ਸੀਗਾ, ਲੁਧਿਆਣੇ ਬੰਬ ਧਮਾਕਾ ਸੀਗਾ, ਉਸ ਦਿਨ ਮੇਰੀ ਸਕੂਲ ਦੀ ਹਾਜ਼ਰੀ ਵੀ ਸੀਗੀ, ਇਹ ਅਦਾਲਤ ਵੀ ਪੇਸ਼ ਕੀਤੀ। ਚਲੋ ਬਾਅਦ 'ਚ ਲੰਮਾ ਸਮਾਂ ਕੇਸ ਚੱਲ ਕੇ ਡਿਸਚਾਰਜ ਹੋਇਆ, ਕਿਉਂਕਿ ਹਾਲਾਤ ਹੀ ਹੈ ਜੇ ਸੀਗੇ, ਉਦੋਂ ਕੋਈ ਕਾਨੂੰਨ ਨਹੀਂ ਸੀਗਾ। ਤੁਸੀਂ ਕਦੇ ਪਰਸਨਲੀ ਮਿਲੇ ਜਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂ ਕਦੇ ਕੈਪਟਨ ਨੂੰ, ਦੋਵੇਂ ਮੁੱਖ ਮੰਤਰੀ ਰਹੇ ਨੇ? ਸਾਡਾ ਤਾਂ ਖੂਨ ਦਾ ਰਿਸ਼ਤਾ ਸੀਗਾ, ਜਥੇਦਾਰ ਕੌਮ ਦਾ ਸੀਗਾ, ਉਹਨਾਂ ਨੇ ਆਪ ਕਰਨੇ ਸੀ। ਲੋਕ ਉਸ ਗੱਲ ਦਾ ਹੁੰਦਾ ਵਾ, ਜਿਹੜੇ ਆਪਦੇ ਆਪ ਨੂੰ ਪੰਥਕ ਘਾਉਂਦੇ ਆ, ਉਹਨਾਂ ਨੇ ਵੀ ਉਦੋਂ ਫੋਟੋ ਲੱਗਣ 'ਚ ਵਿਰੋਧ ਕੀਤਾ। ਸਾਨੂੰ ਨਾਂ ਦਾ ਪਤਾ, ਪਰ ਆਪਾਂ ਕਹਿੰਦੇ ਵੀ ਕਾਹਨੂੰ ਆਪਾਂ ਵਿਵਾਦ 'ਚ ਨਹੀਂ ਪੈਣਾ ਚਾਹੁੰਦੇ, ਦੁੱਖ ਹੁੰਦਾ। ਅਕਾਲੀ ਦਲ ਤਾਂ ਹਮੇਸ਼ਾ ਸਿੱਖ ਪੋਲੀਟਿਕਸ ਹੀ ਕਰਦਾ ਰਿਹਾ, ਸਿੱਖ ਅਕਾਲੀ ਦਲ ਦਾ ਧੁਰਾ ਰਹੇ ਨੇ। ਰਿਪੋਰਟ ਆ ਜੇ ਸਰਕਾਰ ਅਕਾਲੀ ਦਲ ਦੀ ਹੋਵੇ, ਪ੍ਰਕਾਸ਼ ਸਿੰਘ ਬਾਦਲ ਦੀ ਕੋਈ ਮਜਬੂਰੀ ਹੋ ਸਕਦੀ ਹੈ ਜਾਂ ਕੋਈ ਪੋਲੀਟਿਕਸ ਹੋ ਸਕਦੀ ਹੈ, ਜਾਂ ਅਫਸਰ ਹੀ ਇੰਨੇ ਪਾਵਰਫੁੱਲ ਸੀ ਕਿ ਪੈਰ ਨਹੀਂ ਲੱਗਣ ਦਿੱਤੇ ਵੀ ਇਹ ਗੱਲ 'ਤੇ ਕੋਈ ਕਾਰਵਾਈ ਨਹੀਂ ਹੋਈ? ਆਪਾਂ ਨੂੰ ਲੱਗਦਾ ਵੀ ਸਰਕਾਰਾਂ ਚਲਾਉਂਦੇ ਆ, ਪਰ ਸਰਕਾਰਾਂ ਤਾਂ ਏਜੰਸੀਆਂ ਚਲਾਉਂਦੀਆਂ। ਉਸ ਤੋਂ ਬਾਅਦ ਜਥੇਦਾਰ ਆਏ ਜਾਂ ਉਸ ਤੋਂ ਬਾਅਦ SGPC ਪ੍ਰਧਾਨ ਆਏ, ਉਹਨਾਂ ਨੇ ਕਿਸੇ ਨੇ ਵੀ ਨਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਏ ਹੋਣ, ਅਤੇ ਉਹਨਾਂ ਦੀ ਤਾਂ ਸੰਸਥਾ, ਔਰ ਉਹ ਸੰਸਥਾ ਜਿਹੜੀ ਸਭ ਤੋਂ ਸਾਰੇ ਸਿੱਖਾਂ ਦੇ ਅੰਦਰ ਮਕਬੂਲ ਸੰਸਥਾ, ਉਹਨਾਂ ਨੇ ਵੀ ਕੋਈ ਪਹਿਲਕਦਮੀ ਨਹੀਂ ਲਈ, ਉਹਦੇ ਬਾਰੇ ਕੀ ਕਹੋਗੇ? ਮੇਰੇ ਕਰੰਟ ਵੀ ਲਾਏ, ਪੁੱਠਾ ਵੀ ਲਮਕਾਇਆ, ਪਾਣੀ ਦੇ ਵਿੱਚ ਵੀ ਮੇਰਾ ਮੂੰਹ ਡੁੱਬਿਆ। ਉਦੋਂ ਗੁਰਮੀਤ ਸਿੰਘ ਬੈਂਕ 'ਚ ਸੀਗਾ, ਉੱਥੇ ਸੀਗਾ ਹਰਦੀਪ ਸਿੰਘ ਢਿੱਲੋਂ SSP ਸੀਗਾ ਲੁਧਿਆਣੇ, ਅਤੇ ਇੱਕ ਸੀਗਾ ਸ਼ਿਵ ਕੁਮਾਰ, ਇਹ ਤਿੰਨਾਂ ਚੌਹਾਂ ਨੇ ਮੈਨੂੰ ਉੱਥੇ ਬਹੁਤ ਟੈਰੋਗੇਟ ਕੀਤਾ ਜਾਂਦੇ। ਯੂਰਪ 'ਚ ਜਦੋਂ ਪਹਿਲੀ ਵਾਰ ਵੈਲਫੇਅਰ ਸਟੇਟ ਹੋਂਦ 'ਚ ਆਈ, ਯਾਨੀ ਦੁਨੀਆ ਦੇ ਅੰਦਰ ਜਦੋਂ ਪਹਿਲੀ ਵਾਰ ਭਲਾਈ ਦਾ ਰਾਜ ਕਾਇਮ ਹੋਇਆ, ਤਾਂ ਦੋ ਗੱਲਾਂ ਪ੍ਰਚਾਰੀਆਂ ਗਈਆਂ। ਪਹਿਲੀ ਗੱਲ ਪ੍ਰਚਾਰੀ ਗਈ ਕਿ ਤੁਹਾਡੀ ਸੁਰੱਖਿਆ ਸਟੇਟ ਕੋਲ ਆ, ਯਾਨੀ ਤੁਸੀਂ ਅਸੁਰੱਖਿਅਤ ਨਹੀਂ ਹੋ। ਦੂਜੀ ਗੱਲ ਪ੍ਰਚਾਰੀ ਗਈ ਕਿ ਇਸ ਤੋਂ ਬਾਅਦ ਹੁਣ ਕਾਨੂੰਨ ਦਾ ਰਾਜ ਹੋਏਗਾ, ਯਾਨੀ ਜਿਹੜੇ ਪਹਿਲਾਂ ਵਾਲੇ ਰਾਜ ਹੁੰਦੇ ਸੀ, ਮੱਧ ਯੁੱਗ 'ਚ ਕੋਈ ਵੀ ਕਿਸੇ ਦਾ ਕਤਲ ਕਰ ਦਿੰਦਾ ਸੀ, ਕੋਈ ਵੀ ਕਿਸੇ ਦਾ ਬਦਲਾ ਲੈਂਦਾ ਸੀ, ਪਰ ਹੁਣ ਸਟੇਟ ਆ ਗਈ ਹੈ, ਹੁਣ ਸਰਕਾਰ ਆ ਗਈ ਹੈ, ਹੁਣ ਰਾਜ ਨਾਂ ਦੀ ਸੰਸਥਾ ਆ ਗਈ ਹੈ ਦੁਨੀਆ 'ਤੇ, ਹੁਣ ਸਭ ਕੁਝ ਕਾਨੂੰਨ ਹੋਏਗਾ, ਯਾਨੀ ਲਾਅ ਐਂਡ ਆਰਡਰ, ਯਾਨੀ ਲਾਅ ਆਰਡਰ 'ਚ ਰਹੇਗਾ। ਪਰ ਜਦੋਂ ਉਹੀ ਰਾਜ ਜਿਹਨੂੰ ਪ੍ਰਚਾਰਿਆ ਗਿਆ ਹੋਵੇ ਇਸ ਤਰ੍ਹਾਂ, ਉਹ ਆਪ ਹੀ ਕਤਲਾਂ 'ਚ ਸ਼ਾਮਿਲ ਹੋ ਜੇ, ਤਾਂ ਫਿਰ ਤੁਸੀਂ ਕੀ ਕਹੋਗੇ? ਪੰਜਾਬ ਦੇ ਅੰਦਰ ਦੌਰ ਆ ਇੱਕ
80 ਤੋਂ ਲੈ ਕੇ 95 ਤੱਕ ਦਾ ਉਹ 'ਚ ਬਹੁਤ ਕੁਝ ਗਲਤ ਹੋਇਆ, ਕਿਸੇ ਪੁਲਿਸ ਵਾਲੇ ਨਾਲ ਵੀ ਗਲਤ ਹੋਇਆ ਹੋ ਸਕਦਾ ਜਾਂ ਕਿਸੇ ਆਮ ਸ਼ਹਿਰੀ ਨਾਲ ਵੀ, ਪਰ ਇੱਕ ਕੌਮ ਦੇ ਜਥੇਦਾਰ ਜਿਹੜਾ ਸਭ ਤੋਂ ਉੱਚਾ ਅਹੁਦਾ ਹੋਵੇ ਕਿਸੇ ਧਰਮ ਦੇ ਅੰਦਰ, ਉਹਨੂੰ ਚੱਕ ਕੇ ਫਨਾਹ ਕਰ ਦਿੱਤਾ ਜਾਵੇ, ਉਹਦੀਆਂ ਰਿਪੋਰਟਾਂ ਤੱਕ ਬਾਹਰ ਨਾ ਆਉਣ ਦਿੱਤੀਆਂ ਜਾਣ, ਗਵਾਹਾਂ ਨੂੰ ਡਰਾਇਆ ਧਮਕਾਇਆ ਗਿਆ ਹੋਵੇ ਔਰ ਇੰਨੇ ਸਾਲਾਂ ਬਾਅਦ ਉਹ ਗੱਲ ਸਾਹਮਣੇ ਆ ਰਹੀ ਹੋਵੇ, ਤਾਂ ਕਿਸੇ ਨੂੰ ਕਿਵੇਂ ਲੱਗੇਗਾ? ਫਿਰ ਉਹ ਰਾਜ ਦੀ ਗੱਲ ਜਿਹੜੀ ਅਸੀਂ ਕਲਪਨਾ ਕਰਦੇ ਹਾਂ, ਜਿਹੜੀ ਹਰ ਸ਼ਹਿਰੀ ਦੇ ਮਨ 'ਚ ਆ ਕਿ ਜੇ ਕੋਈ ਗਲਤ ਕਰਦਾ ਉਹ 'ਤੇ ਕਾਰਵਾਈ ਕਰੋ, ਪਰ ਜੇ ਕਾਰਵਾਈ ਵੀ ਕਰਨੀ ਆ, ਮੰਨ ਲਓ ਜਥੇਦਾਰ ਕੌਂਕੇ ਦੇ ਉੱਤੇ ਕੇਸ ਦਰਜ ਕੀਤਾ ਗਿਆ, ਜੇ ਉਹ ਵੀ ਕਾਰਵਾਈ ਕਰਨੀ ਆ ਤਾਂ ਕਾਨੂੰਨ ਹੋਣੀ ਚਾਹੀਦੀ ਸੀ। ਚੱਕ ਕੇ ਕਿਸੇ ਦਾ ਮੁਕਾਬਲਾ ਤਾਂ ਨਹੀਂ ਬਣਾਇਆ ਜਾ ਸਕਦਾ, ਐਕਸਟਰਾ ਜੁਡੀਸ਼ੀਅਲ ਕਿਲਿੰਗ ਕਹਿੰਦੇ ਆ ਇਹਨੂੰ। ਅੱਜ ਅਸੀਂ ਉਹ ਪਰਿਵਾਰ ਕੋਲ ਹਾਂ ਜਿਹਦੀ ਚਰਚਾ ਹੋ ਰਹੀ ਆ, ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਜਿਹੜੇ ਪਤਨੀ ਨੇ ਅਤੇ ਉਹਨਾਂ ਦੇ ਬੇਟੇ ਨੇ, ਉਹ ਸਾਡੇ ਨਾਲ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਕਿਵੇਂ ਸਭ ਕੁਝ ਹੋਇਆ, ਉਹਨਾਂ ਨੇ ਲੜਾਈਆਂ ਕਾਨੂੰਨੀ ਵੀ ਲੜੀਆਂ, ਕੌਮ ਨੇ ਸਾਥ ਦਿੱਤਾ, ਧਾਰਮਿਕ ਲੋਕਾਂ ਨੇ ਸਾਥ ਦਿੱਤਾ ਜਾਂ ਸਭ ਗੈਰ ਹਾਜ਼ਰ ਰਹੇ। ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ, ਸ਼ੁਰੂ ਕਰਦੇ ਹਾਂ ਗੁਰਮੇਲ ਸਿੰਘ ਜੀ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ। ਸਵਾਗਤ ਹੈ ਜੀ, ਬਹੁਤ ਖਾਲਸਾ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮੈਂ ਜ਼ਿਕਰ ਕੀਤਾ ਕਿ ਜਦੋਂ ਕੋਈ ਵੀ ਸ਼ਹਿਰੀ ਹੈ, ਤੁਸੀਂ ਵੀ ਇੱਕ ਆਮ ਸ਼ਹਿਰੀ ਸੀ, ਆਪਾਂ ਇਹ ਮੰਨ ਕੇ ਚੱਲ ਲੈਂਦੇ ਹਾਂ ਚਲੋ ਸਟੇਟ ਨੇ ਇੱਕ ਕੇਸ ਦਰਜ ਕਰਤਾ, ਮੰਨ ਲਓ ਕਿਸੇ 'ਚ ਗਲਤੀ ਹੋ ਸਕਦੀ ਆ, ਤਾਂ ਉਹਦਾ ਇਲਾਜ ਕਾਨੂੰਨ ਹੀ ਆ, ਕਾਨੂੰਨ ਮੁਤਾਬਕ ਸਭ ਕੁਛ ਹੋਣਾ ਚਾਹੀਦਾ ਗਾ। ਮੈਂ ਤੁਹਾਡੇ ਤੋਂ ਇੱਥੇ ਸ਼ੁਰੂਆਤ ਕਰਨਾ ਚਾਹੁੰਦਾ, ਤੁਸੀਂ 15 ਸਾਲ ਦੇ ਸੀ ਉਦੋਂ? ਹਾਂਜੀ 15 ਸਾਲ ਦਾ ਸੀ। ਕੀ ਯਾਦ ਆ ਤੁਹਾਡੇ? ਮੈਨੂੰ ਕਾਫੀ ਗੱਲਾਂ ਚੇਤੇ ਜਾਂਦੇ ਜੀ, ਅਤੇ ਜਦੋਂ ਬਾਪੂ ਜੀ ਨੂੰ ਲੈਣ ਆਏ ਜਾਂਦੇ, ਕਿਉਂਕਿ ਉਦੋਂ ਪਹਿਲਾਂ ਵੀ ਜਦੋਂ ਵੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੇ ਸੀਗੇ ਜਾਂ 91 ਦੇ ਵਿੱਚ ਲੱਗੇ ਆ ਜਾਂ ਉਦੋਂ ਪਹਿਲਾਂ ਜਦੋਂ ਅਕਾਲ ਤਖ਼ਤ ਦੇ ਜਥੇ ਬਣਾਏ ਆ, ਉਦੋਂ ਉੱਥੇ ਦਰਬਾਰ ਸਾਹਿਬ ਤੋਂ ਗ੍ਰਿਫਤਾਰ ਕਰਕੇ ਲੈ ਕੇ ਜਾਂਦੇ ਆ, ਉਹਨਾਂ ਤੋਂ ਸੱਦ ਵੀ ਕੀਤਾ, ਬਥੇਰਾ ਕੀਤਾ ਮੌਕੇ ਦੀਆਂ ਸਰਕਾਰਾਂ ਨੇ। ਪਹਿਲਾਂ ਜਦੋਂ ਸਿਆਸੀ ਦੇ ਵਿੱਚ ਜਦੋਂ ਜਥੇਦਾਰ ਬਣਾਏ ਸੀਗੇ, ਉੱਥੋਂ ਗ੍ਰਿਫਤਾਰ ਕੀਤਾ ਇਹਨਾਂ ਨੂੰ, ਉਦੋਂ ਲਾਡਵੇ ਲੈ ਜਾਂਦੇ ਸੀਗੇ ਅਤੇ ਕੁਰਕਸ਼ੇਤਰ ਵੀ ਰੱਖਿਆ, ਅੰਬਾਲੇ ਵੀ ਰੱਖਿਆ, ਅਤੇ ਤਸ਼ੱਦਦ ਵੀ ਬਥੇਰਾ ਹਟਾਇਆ ਜਾਂਦੇ। ਫਿਰ ਉਹਨਾਂ ਨੂੰ ਆਪ ਹੀ ਸਰਕਾਰਾਂ ਫੜ ਲੈਂਦੀ ਸੀ, ਆਪ ਹੀ ਛੱਡ ਦਿੰਦੀਆਂ ਸੀਗੀਆਂ, ਕਦੇ ਉਹਨਾਂ ਨੇ ਨਾ ਜ਼ਮਾਨਤ ਨਹੀਂ ਕਰਾਈ ਸੀ। ਇੱਕ ਇਹ ਮੇਨ ਪੁਆਇੰਟ ਆ ਜਾਂਦੇ, ਕਿਉਂਕਿ ਉਹ ਕਹਿੰਦੇ ਵੀ ਮੈਂ ਤਾਂ ਬਾਣੀ ਪੜ੍ਹਨੀ ਆ, ਮੈਂ ਘਰ ਬਹਿ ਕੇ ਪੜ੍ਹ ਲਾਂ ਜਾਂ ਜੇਲ੍ਹ 'ਚ ਬਹਿ ਕੇ ਪੜ੍ਹ ਲਾਂ, ਮੈਂ ਤਾਂ ਬਾਣੀ ਪੜ੍ਹਨੀ ਆ। ਉਹ ਸਕਣ ਦੀ ਇਹ ਗੱਲ ਕਹਿੰਦੇ ਸੀਗੇ, ਸਕਣ ਜੇਲ੍ਹ 'ਚ ਮੈਥੋਂ ਬਾਣੀ ਜ਼ਿਆਦਾ ਪੜ੍ਹੀ ਜਾਂਦੀ ਹੈ। ਉਸ ਤੋਂ ਬਾਅਦ ਜਦੋਂ 1991-92 ਦਾ ਦੌਰ ਆਉਂਦਾ ਵਾ, ਪਹਿਲਾਂ 91 ਦੇ ਵਿੱਚ ਵੀ ਉਹ ਜੇਲ੍ਹ ਦੇ ਵਿੱਚ ਹੀ ਸੀਗੇ, ਸਮੇਤ ਸਿੰਘ ਸੈਣੀ ਸੀਗਾ, ਉਦੋਂ ਇੱਥੇ ਨੇੜੇ ਪਿੰਡਾਂ 'ਚ ਮੁਕਾਬਲਾ ਹੋ ਗਿਆ ਸੀਗਾ, ਉਦੋਂ ਸਮੇਤ ਸਿੰਘ ਸੈਣੀ ਇਹਨਾਂ ਨੂੰ ਚੱਕ ਕੇ ਲੈ ਗਿਆ ਸੀਗਾ ਅਤੇ ਲੁਧਿਆਣੇ ਰੱਖਿਆ। ਅਤੇ ਜਦੋਂ ਉਹਨਾਂ 'ਤੇ ਪਹਿਲਾਂ ਸਮੇਤ ਸਿੰਘ ਸੈਣੀ ਨੇ ਮੂੰਹ 'ਤੇ ਧੂੰਆਂ ਮਾਰਿਆ ਸਿਗਰਟ ਦਾ, ਅਤੇ ਇਹਨਾਂ ਨੇ ਜਾਂਦੇ ਵੱਟ ਕੇ ਉਹਦੇ ਥੱਪੜ ਮਾਰਿਆ, ਕਹਿੰਦੇ ਮੈਂ ਕੌਮ ਦਾ ਜਥੇਦਾਰ ਹਾਂ, ਤੂੰ ਮੇਰੇ 'ਤੇ ਇਹ ਚੀਜ਼ ਨਹੀਂ ਕਰ ਸਕਦਾ। ਅਤੇ ਉਹਦੇ ਖਿੱਚ ਆ ਕੇ ਉਹਨਾਂ ਨੇ ਬਹੁਤ ਜ਼ਿਆਦਾ ਸੱਦ ਢਾਇਆ ਸੀਗਾ, ਜਿੰਨਾ ਉਹਦਾ ਜ਼ੋਰ ਲੱਗਿਆ ਜਾਣ ਦੇ। ਉਸ ਤੋਂ ਬਾਅਦ ਜੇਲ੍ਹ 'ਤੇ ਭੇਜ 'ਤੇ ਰਿਹਾ ਹੋਏ 1992 ਦੇ ਵਿੱਚ, ਅਤੇ ਇੱਥੇ ਕਿਤੇ ਜਦੋਂ ਆਪਣੇ ਸੰਗਰੂਰ ਜੇਲ੍ਹ ਦੇ ਵਿੱਚ ਸੀਗੇ, ਉਹਨਾਂ ਨੂੰ ਉੱਥੇ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੂੰ ਪੋਇਜ਼ਨ ਦਿੱਤੀ ਗਈ, ਅਤੇ ਫਿਰ ਉਦੋਂ 4-5 ਮਹੀਨੇ ਉੱਥੇ ਰਜਿੰਦਰਾ ਹਸਪਤਾਲ ਵੀ ਦਾਖਲ ਰਹੇ ਜਾਂਦੇ। ਕਿਵੇਂ ਪਤਾ ਲੱਗਿਆ ਕਾਹਦੇ ਦਿੱਤੀ ਸੀ ਜ਼ਹਿਰ? ਜਿਵੇਂ ਕਹਿੰਦੇ ਨੇ ਵੀ ਸਲੋ ਪੋਇਜ਼ਨ, ਉਹ ਵੀ ਉਹਨਾਂ ਨੂੰ ਇਹ ਸੀਗਾ ਵੀ ਕੌਮ ਇਹਨਾਂ 'ਤੇ ਐਤਵਾਰ ਕਰਦੀ ਆ, ਵੀ ਇੱਕੋ ਇੱਕ ਇਹ ਕੌਮ ਦਾ ਲੀਡਰ ਵਾ ਵੀ ਜਿਹੜਾ ਕੌਮ ਨੂੰ ਇਕੱਠੀ ਕਰ ਸਕਦਾ ਵਾ।
ਸਰਕਾਰਾਂ ਨਹੀਂ ਚਾਹੁੰਦੀਆਂ ਸੀ ਵੀ ਇਹ ਗੱਲ ਹੋਵੇ। ਉਹਨਾਂ ਨੂੰ ਪੁਆਇਜ਼ਨ ਦਿੱਤੀ ਕਿ ਚਲੋ ਮੌਕੇ 'ਤੇ ਪਤਾ ਲੱਗ ਗਿਆ, ਬਹੁਤ ਦਰਦ ਹੁੰਦਾ ਸੀ, ਚਲੋ ਇੱਥੇ ਵੀ ਗਏ ਅਤੇ 4-5 ਮਹੀਨੇ ਉੱਥੇ ਰੱਖਿਆ ਅਤੇ ਚਲੋ ਉਦੋਂ ਬਾਅਦ ਫਿਰ ਜੇਲ੍ਹ 'ਚ ਭੇਜ ਤੇ। ਜੇਲ੍ਹ ਤੋਂ ਬਾਅਦ ਜਦੋਂ ਘਰ ਆਏ ਤਕਰੀਬਨ ਸਾਡੇ ਕੋਲ 3-4 ਮਹੀਨੇ ਰਹਿ ਜਾਂਦੇ ਜੇਲ੍ਹ ਤੋਂ ਬਾਅਦ, ਜਿਹੜਾ ਸ਼ਹੀਦੀ ਦਾ ਟਾਈਮ ਆ। ਡੇਲੀ ਜਾਂਦੇ, ਇੱਥੋਂ ਜਾਂਦੇ ਸੀਗੇ, ਗੁਰੂ ਘਰ ਜਾ ਕੇ ਕਥਾ ਕਰਕੇ ਆਉਂਦੇ ਸੀਗੇ, ਘੰਟਾ ਸਵਾ ਘੰਟਾ ਕਰਦੇ ਸੀਗੇ, ਫਿਰ ਘਰ ਆ ਜਾਂਦੇ ਸੀਗੇ। ਚਲੋ ਜੋ ਆਪਣੇ ਕੋਈ ਮਿਲਣ ਗਿਲਣ ਆਉਂਦਾ ਸੀਗਾ ਉਹਨੂੰ ਮਿਲਦੇ ਗਿਲਦੇ ਸੀਗੇ। ਅਤੇ ਜਦੋਂ 20 ਦਸੰਬਰ 1992 ਦਾ ਸਾਡੀ ਵੱਡੀ ਭੈਣ ਦਾ ਬੇਟਾ ਚੜ੍ਹਾਈ ਕਰ ਗਿਆ ਸੀਗਾ, 7 ਦਿਨ ਦਾ ਸੀਗਾ, ਅਤੇ ਘਰ ਲਾਸ਼ ਪਈ ਸੀਗੀ। ਤਾਂ ਅਸੀਂ ਉਹਨਾਂ ਨੂੰ ਕਿਹਾ, ਗੁਰਮੀਤ ਸਿੰਘ ਇੰਸਪੈਕਟਰ ਇੱਥੇ ਆਇਆ, ਕਹਿੰਦੇ ਵੀ ਤੁਹਾਨੂੰ ਸੱਦਿਆ ਜੀ। ਅਸੀਂ ਛੋਟੇ ਸੀਗੇ, ਅਸੀਂ ਵੀ ਘਰ ਸੀਗੇ, ਸਾਡੀ ਮਾਤਾ ਵੀ ਕਹਿੰਦੀ ਵੀ ਸਾਨੂੰ ਸੰਸਕਾਰ ਤਾਂ ਕਰ ਲੈਂਦੋ, ਅਤੇ ਪਰ ਉਹ ਕਹਿੰਦੇ ਨਹੀਂ ਜੀ, ਅਸੀਂ ਤੁਹਾਨੂੰ ਲੈ ਕੇ ਜਾਣਾ ਵਾ। ਅਤੇ ਸਾਡੀ ਮਾਤਾ ਨੂੰ ਵੀ ਕਹਿ ਕੇ ਵੀ ਤੁਸੀਂ ਬੱਚੇ ਦਾ ਸੰਸਕਾਰ ਕਰ ਦਿਓ, ਇਹਨਾਂ ਦਾ ਕੀ ਪਤਾ ਵੀ ਕਦੋਂ ਛੱਡਣਗੇ। ਚਲੋ ਇਹ ਸੰਸਕਾਰ ਕਰਤਾ ਜੀ। ਚਲੋ ਉਸ ਦਿਨ ਪੰਚਾਇਤਾਂ ਲੈ ਗਏ, ਤਾਂ ਉਸ ਦਿਨ ਤਾਂ ਉਹਨਾਂ ਨੂੰ ਛੱਡਤਾ। ਉਦੋਂ ਬਾਅਦ ਜਦੋਂ 5-6 ਦਿਨ ਬਾਅਦ 25 ਦਸੰਬਰ 1992 ਨੂੰ ਦੁਬਾਰਾ ਜਦੋਂ ਲੈ ਕੇ ਆਏ, ਇੱਥੇ ਘਰ ਆਏ, ਗੁਰਮੀਤ ਸਿੰਘ ਬੈਂਕ ਇੰਸਪੈਕਟਰ ਸੀਗਾ। ਅਤੇ ਆਮ ਤਾਂ ਇਹ ਕਹਿੰਦੇ ਨਾ ਵੀ ਗੁਰਮੀਤ ਪੈਂਕੀ, ਉਹ ਗੁਰਮੀਤ ਸਿੰਘ ਨਹੀਂ, ਗੁਰਮੀਤ ਸਿੰਘ ਇੰਸਪੈਕਟਰ ਸੀਗਾ, ਜਿਹਨੂੰ ਮੋਟਾ ਗੁਰਮੀਤ ਕਹਿੰਦੇ ਜੀ, ਮੁੜ ਕੇ SP ਰਿਟਾਇਰ ਹੋਇਆ ਵਾ। ਉਹ ਆਇਆ ਅਤੇ ਸਾਨੂੰ ਕਹਿੰਦੇ ਵੀ ਕਿੱਥੇ ਆ, ਇਹ ਛੋਟੇ ਸੀਗੇ, ਇਹ ਕਿ ਵੀ ਬਾਪੀ ਗੁਰਦੁਆਰਾ ਸਾਹਿਬ ਗਏ ਆ, ਅਤੇ ਮਗਰ ਹੀ ਗੁਰਦੁਆਰਾ ਸਾਹਿਬ ਚਲੇ ਗਏ। ਜਦੋਂ ਗੁਰਦੁਆਰਾ ਸਾਹਿਬ ਗਏ ਅਤੇ ਉੱਥੇ ਕਥਾ ਕਰਦੇ ਸਿੰਘਾਂ ਨੇ ਕਿਹਾ ਵੀ ਬਾਹਰ ਪੁਲਿਸ ਆਈ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਆਪਾਂ ਨੂੰ ਕਿਹੜਾ ਕੋਈ ਕਿਸੇ ਦਾ ਡਰ ਵਾ, ਜੇ ਇਹ ਪੁਲਿਸ ਕਹਿੰਦੀ ਹੈ ਨਾ ਵੀ ਪਕੌੜੇ ਹੋ ਗਏ, ਜੇ ਭੱਜਣਾ ਹੁੰਦਾ ਉੱਥੋਂ ਵੀ ਭੱਜ ਸਕਦੇ ਸੀਗੇ, ਕਿਉਂਕਿ ਉਹ ਵੱਡਾ ਗੁਰਦੁਆਰਾ ਵਾ, ਵੀ ਜਿੱਧਰ ਮਰਜ਼ੀ ਭੱਜ ਸਕਦੇ। ਪਰ ਉਹ ਨਹੀਂ, ਉਹ ਕਹਿੰਦੇ ਵੀ ਸਾਨੂੰ ਕਿਸੇ ਦਾ ਡਰ ਨਹੀਂ ਗਾ, ਜੇ ਮੈਂ ਕੋਈ ਗਲਤ ਕੀਤਾ ਕਦੋਂ ਮੈਨੂੰ ਤਾਂ ਫਿਰ ਡਰ ਵਾ। ਇੱਥੇ ਆਏ, ਇਸ਼ਨਾਨ ਪਾਣੀ ਕੀਤਾ ਉਹਨਾਂ ਨੇ, ਸਾਰੀ ਸੰਗਤ ਇੱਥੇ 250-250 ਬੰਦਾ ਇੱਥੇ ਖੜ੍ਹਾ ਸੀਗਾ ਜੀ। ਜਾਂਦੇ ਇਹ ਗੱਲ ਕਹਿ ਗਏ ਸੀਗੇ ਫਤਿਹ ਬੁਲਾ ਕੇ, ਕਹਿੰਦੇ ਵਿਅਕਤੀ ਸਰਕਾਰ ਆਪਦਾ ਕਰੂਗੀ। ਉਸ ਤੋਂ ਬਾਅਦ ਅਸੀਂ ਜਾਂਦੇ ਰਹੇ ਵੀ ਉਹਨਾਂ ਪ੍ਰਸ਼ਾਦਾ ਪਾਣੀ ਲੈ ਕੇ ਜਾਂਦੇ ਰਹੇ ਵੀ ਕਿੱਥੇ ਆ ਕੀ ਹੈਗਾ ਵਾ। ਸਭ ਤੋਂ ਮਾਤਾ ਤੋਂ ਪ੍ਰਸ਼ਾਦਾ ਪਾਣੀ ਫੜ ਕੇ ਰੱਖ ਲੈਂਦੇ ਸੀ ਬਾਹਰ ਸੰਤਰੀ, ਇਹ ਨਹੀਂ ਪਤਾ ਸੀਗਾ ਉਹ ਛੱਕਦੇ ਸੀਗੇ ਜਾਂ ਕੋਈ ਹੋਰ ਛੱਕਦਾ ਸੀਗਾ, ਸਾਨੂੰ ਸ਼ਾਮ ਨੂੰ ਭਾਂਡੇ ਖਾਲੀ ਦੇ ਦਿੰਦੇ ਸੀਗੇ। ਹੌਲੀ ਹੌਲੀ ਜਦੋਂ ਨਹੀਂ ਦੱਸਿਆ, ਸਾਨੂੰ ਪਤਾ ਲੱਗਦਾ ਰਿਹਾ ਵੀ ਭਾਈ ਉਹਨਾਂ ਦੇ ਇੰਟੈਰੋਗੇਟ ਬਹੁਤ ਹੋ ਰਿਹਾ ਵਾ। ਕੋਈ ਕਈ ਪੁਲਿਸ ਵਾਲੇ ਹੁੰਦੇ ਸੀ, ਚੰਗੇ ਵੀ ਹੁੰਦੇ ਸੀਗੇ, ਉੱਥੋਂ ਦਵਾਈ ਹਾਂਜੀ, ਅਤੇ ਦੱਸਦੇ ਸੀਗੇ ਉਹਨੂੰ ਪੁੱਛਣਾ ਭਾਈ ਕਿਵੇਂ ਆ, ਉਹ ਕਹਿੰਦੇ ਬਹੁਤ ਬੁਰਾ ਹਾਲ ਆ। ਕਹਿੰਦੇ ਸਾਡੇ ਪਿੰਡ ਦੇ 2 ਸਿੰਘ ਹੋਰ ਵੀ ਪਾਪੀ ਨਾਲ ਰਹਿੰਦੇ ਸੀਗੇ, ਉਹ ਵੀ ਉਸ ਟਾਈਮ ਉੱਥੇ ਚੱਕੇ ਹੋਏ ਸੀਗੇ। ਉਹਨਾਂ ਨੇ ਵੀ ਦੱਸਿਆ, ਕਹਿੰਦੇ ਵੀ ਜਦੋਂ ਸਿੰਘ ਸਾਹਿਬ ਸਾਨੂੰ ਦਿਖਾਇਆ ਅਤੇ ਉਹਨਾਂ ਨੂੰ ਉੱਥੇ ਪਏ ਸੀ ਬਾਪੂ ਜੀ ਤਾਂ ਖੂੰਜੇ 'ਚ ਇਕੱਠੇ ਰੱਖ ਕੇ, ਅਤੇ ਉਹਨਾਂ ਨੂੰ ਜਦੋਂ ਕਹਿੰਦੇ ਨਾ ਵੀ ਭੈੜੇ ਲਫਜ਼ ਬੋਲ ਕੇ ਕਹਿੰਦੇ, ਆਪਾਂ ਉਹ ਲਫਜ਼ ਨਹੀਂ ਵਰਤ ਸਕਦੇ, ਕਹਿੰਦੇ ਵੀ ਆਹ ਪਿਆ ਤੁਹਾਡਾ, ਅਤੇ ਉਹ ਕਹਿੰਦੇ ਵਿਚਾਰੇ ਹੁਣ ਉਹ ਉੱਥੇ ਪੁਲਿਸ ਦੇ ਕੋਲ ਕਸਟਡੀ ਸੀ, ਉਹਨਾਂ ਦੀ ਵੀ ਤਸ਼ੱਦਦ ਬਹੁਤ ਹੋਇਆ ਸੀਗਾ, ਉਹਨਾਂ ਨੇ ਕੀ ਕਹਿਣਾ ਸੀਗਾ। ਇਹ ਕਹਿ ਰਿਹਾ ਵੀ
ਅਸੀਂ 2 ਜਨਵਰੀ ਨੂੰ ਫੜੇ ਆ, ਪਰ ਜਿਹੜੇ ਪਿੰਡ ਦੇ ਲੋਕ ਉਹ ਇਲਾਕੇ ਦੇ ਜਿਹੜੇ ਪਤਵੰਤੇ ਹੈਗੇ ਆ ਉਹਨਾਂ ਨੂੰ ਕਦੇ ਵੀ ਪੁੱਛ ਸਕਦੇ ਹਾਂ ਵੀ 2 ਜਨਵਰੀ ਨੂੰ ਲੈ ਗਏ ਸੀ ਜਾਂ 25 ਦਸੰਬਰ ਨੂੰ ਲੈ ਗਏ ਸੀਗੇ। ਉੱਥੇ ਬਹੁਤ ਜ਼ਿਆਦਾ ਤਸੱਦਦ ਕੀਤਾ ਉਹਨਾਂ ਦੇ, ਕਹਿੰਦੇ ਇਹ ਕਹਿੰਦੇ ਆ ਵੀ ਭੱਜ ਗਏ, ਭੱਜਣ ਵਾਲੇ ਹਾਲਾਤ ਤਾਂ ਹੈ ਹੀ ਨਹੀਂ ਸੀ ਉਹ। ਇੱਕ ਬੰਦੇ ਦੀਆਂ ਤੁਸੀਂ ਆਪ ਹੀ ਦੇਖੋ ਵੀ ਕਿਸੇ ਦੀਆਂ ਲੱਤਾਂ ਬਾਹਾਂ ਤੋੜੀਆਂ ਹੋਣ, ਉਹ ਕਿਵੇਂ ਭੱਜੂਗਾ। ਫਿਰ ਸਾਡੀ ਮਾਤਾ ਨੇ ਜਦੋਂ ਨਹੀਂ ਪਤਾ ਲੱਗਿਆ ਵੀ ਕੁਝ ਦੱਸ ਕਰ ਨਹੀਂ ਰਹੇ, ਸਾਡੇ ਭੈਣ ਦਾ ਸਹੁਰਾ ਵੀ ਨਾਲ ਗਿਆ ਸੀਗਾ, ਉੱਥੋਂ ਹਾਈ ਕੋਰਟ 'ਚੋਂ ਬਰੰਟ ਅਫੀਸਰ ਲਿਆਂਦਾ ਜੀ, ਅਤੇ ਇੱਕ ਦਿਨ ਤਾਂ ਉਹ ਪਤਾ ਕਰਦੇ ਰਹੇ ਵੀ ਥਾਣੇ 'ਚ ਆ ਜਾਂ CA ਸਟਾਫ, ਕਿਤੇ CA ਸਟਾਫ ਲੈ ਜਾਂਦੇ ਸੀਗੇ, ਕਿਤੇ ਥਾਣੇ 'ਚ ਲੈ ਜਾਂਦੇ ਸੀਗੇ। ਅਤੇ ਜਦੋਂ ਉੱਥੇ ਰੇਡ ਮਾਰੀ ਉਹਨਾਂ ਨੂੰ, ਕਿਉਂਕਿ ਉਹ ਉਦੋਂ ਹਾਲਾਤ ਹੀ ਇਹੋ ਜਿਹੇ ਸੀਗੇ, ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਵੀ ਭਾਈ ਅੱਜ ਫਲਾਣਾ ਆਹ ਚੀਜ਼ ਹੋਣੀ ਆ, ਉੱਥੋਂ ਜਿੰਨੇ ਵੀ ਬੰਦੇ ਸੀ ਸਾਰੇ ਉਹ ਪਾਸੇ ਕਰਤੇ। ਸਾਡੀ ਮਾਤਾ ਵੀ ਗਈ ਸੀ ਨਾਲ ਜਦੋਂ ਰੇਡ ਮਾਰੀ ਆ, ਪਰ ਉੱਥੋਂ ਮਿਲਣਾ ਕੀ ਸੀ ਜਦੋਂ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀਗੀ। ਅੱਛਾ, ਤੁਸੀਂ ਉਸ ਦਿਨ, ਕਿਉਂਕਿ ਇਹਨਾਂ ਦੀ ਉਮਰ 15 ਸਾਲ ਸੀ ਹੈ ਨਾ, ਤੁਸੀਂ ਉਹਨਾਂ ਦੇ ਪਤਨੀ ਹੋਗੇ, ਰਿਸ਼ਤੇ ਹੀ ਹੋਰ ਹੁੰਦਾ ਪਤੀ ਪਤਨੀ ਦਾ। ਤੁਹਾਡੇ ਕੀ ਯਾਦ ਆ ਕਿ ਜਦੋਂ ਆਏ ਜਿਵੇਂ ਇਹਨਾਂ ਨੇ ਗੱਲ ਦੱਸੀ ਆ, ਕੀ ਹੋਇਆ ਸੀ, ਕਿਵੇਂ ਹੋਇਆ ਸੀ? ਤੁਹਾਡੇ ਨਾਲ ਵੀ ਕੋਈ ਜਿਵੇਂ ਪੁਲਿਸ ਆਉਂਦੀ ਹੁੰਦੀ ਆ, ਜਾਂ ਕਿ ਤੁਹਾਨੂੰ ਦੱਸ ਕੇ ਗਏ ਸੀ ਗੁਰਦੁਆਰਾ ਸਾਹਿਬ ਜਦੋਂ ਗਏ, ਉਹ ਦਿਨ ਕਿਹਾ ਜਾ ਸੀ ਜਦੋਂ ਉਰੇ ਆਏ, ਜਦੋਂ ਪਹਿਲਾਂ ਕਦੋਂ ਆਏ ਸੀਗੇ? ਜਿੱਦਣ 20 ਤਰੀਕ ਨੂੰ ਫੜੇ ਆ, ਉਦੋਂ ਤਾਂ ਮੈਂ ਘਰੇ ਸੀਗੀ, ਮਤਲਬ ਕਾਕੇ ਦੀ ਡੈਥ ਹੋ ਗਈ ਸੀਗੀ, ਫਿਰ ਮੈਂ ਆਪਣੀ ਬੇਟੀ ਕੋਲ ਚਲੀ ਗਈ ਸੀਗੀ, ਫਿਰ ਮੈਂ 23 ਨੂੰ ਆ ਗਈ, ਅਤੇ ਇੱਕ ਫਿਰ ਮੈਂ 23 ਨੂੰ ਸੱਚ ਫਿਰ ਚਲੀ ਗਈ ਮੈਂ, ਅਤੇ ਚੋ 25 ਨੂੰ ਜਿੱਦਣ ਮਤਲਬ ਫੜੇ ਉੱਧਰ ਮੈਂ ਘਰੇ ਨਹੀਂ ਸੀਗੀ, ਮੈਂ 23 ਨੂੰ ਮਤਲਬ ਜਦੋਂ ਘਰੋਂ ਗਈ ਗੁੱਡੀ ਢਿੱਲੀ ਸੀਗੀ, ਫਿਰ ਮੈਂ ਗਈ ਹਾਂ। ਇੱਥੇ ਮੇਰੇ ਨਾਲ ਗੁਰੂ ਸਰ ਗਏ ਆ, ਮੱਸਿਆ ਸੀਗੇ, ਅਤੇ ਗੁਰੂ ਸਰ ਮੱਥਾ ਟੇਕ ਕੇ ਮੈਂ ਗੁਰੂ ਸਰ ਵੇਖੇ, ਅਤੇ ਜਦੋਂ ਮੈਂ 25 ਤਰੀਕ ਨੂੰ ਮੁੜ ਕੇ ਆਈ ਉੱਥੋਂ, ਅਤੇ ਜਦੋਂ ਘਰੋਂ ਸਾਡੇ 2 ਕਬੂੜੀਆਂ, ਮੈਂ ਕਿਹਾ ਵੀ ਪਤਾ ਨਹੀਂ ਕੀ ਗੱਲ ਆ ਵੀ, ਹੈ ਨਾ ਵੀ ਕਾਕੇ ਤੋਂ ਮਹਿਸੂਸ ਕਰਨ ਆਏ ਹੋਣਗੇ, ਅਤੇ ਉਹ ਜਦੋਂ ਮੈਂ ਘਰ ਆਈ ਤਾਂ ਮੈਨੂੰ ਕਹਿੰਦੇ ਬਾਪੂ ਅੱਜ ਫਿਰ ਲੈ ਗਏ, ਅਤੇ ਚਲੋ ਮੈਂ ਸਬਜ਼ੀ ਬਣਾਈ ਅਤੇ ਸ਼ਹਿਰ ਗਈ, ਇੱਥੋਂ ਜਥੇਦਾਰ ਸ਼ਹਿਰੋਂ ਕਰਚਾਰਨ ਸਿੰਘ ਸੀਗਾ ਉਹਨੂੰ ਲਿਆ ਨਾਲ, ਅਤੇ ਪ੍ਰਸ਼ਾਦਾ ਸਾਡਾ ਫੜਨ ਦਿੱਤਾ ਹੈਗਾ, ਕਹਿੰਦੇ ਨਹੀਂ ਸਾਡੇ ਕੋਲ ਨਹੀਂ ਗਏ। ਦੂਜੇ ਦਿਨ ਫਿਰ ਗਈ, ਫਿਰ ਉਹਨਾਂ ਨੇ 2 ਦਿਨ ਤਾਂ ਥਾਣੇ ਫੜਦੇ ਰਹੇ, ਫਿਰ ਸਟਾਫ ਵਿੱਚ ਬਸ ਐਂ ਰੋਜ਼ ਜਾਂਦੇ ਸੀਗੇ। ਚੰਦ ਬਹੁਤ ਮੈਂ ਆਖਿਆ ਇੱਕ ਵਾਰੀ, ਮਤਲਬ ਕੈਪਟਨ ਨੂੰ ਵੀ ਲੈ ਕੇ ਆਉਂਦਾ ਸੀ ਰੋਡ ਵਾਲਿਆਂ ਨੂੰ, ਅਤੇ ਵੀ ਸਾਨੂੰ ਮੈਨ ਦੇ ਦਿਓ, ਕਹਿੰਦੇ ਨਹੀਂ। ਅਤੇ ਛੱਲਰ ਵਾਲਾ ਗਰੇਵਾਲ ਸੀਗਾ, ਉਹਨੇ ਵੀ ਆਖਿਆ ਕਹਿੰਦੇ ਜਾਓ ਅੱਜ ਦੇਣਗੇ ਮੈਨ, ਅਤੇ ਪਰ ਨਹੀਂ ਸਾਨੂੰ ਮੈਨ ਲਿਆ। ਪਹਿਲਾਂ ਤੁਹਾਡੇ ਲਈ ਆਮ ਗੱਲ ਸੀਗੀ, ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਚੱਲਦਾ ਰਹਿੰਦਾ ਸੀਗਾ, ਯਾਨੀ ਗ੍ਰਿਫਤਾਰੀਆਂ ਤਾਂ ਪਹਿਲਾਂ ਵੀ ਚੱਲਦੀਆਂ ਰਹਿੰਦੀਆਂ ਸੀਗੀਆਂ, ਤੁਸੀਂ ਕਹਿੰਦੇ ਬਹੁਤ ਜ਼ਿਆਦਾ ਹੁੰਦੀਆਂ ਸੀ। ਉਹ ਤਾਂ ਜੇ ਕਿਤੇ ਕੋਈ ਗੱਲਬਾਤ ਹੋਣੀ ਉਹਨਾਂ ਨੇ ਪਹੁੰਚ ਜਾਣਾ। ਜਦੋਂ ਸੱਜਾਲ ਮੁਕਾਬਲਾ ਹੋਇਆ ਅਤੇ ਆਥਰ ਸਾਨੂੰ ਪਤਾ ਲੱਗਾ ਵੀ ਸੱਜਾਲ ਮੁਕਾਬਲਾ ਹੋਇਆ, ਉਹ ਸਵੇਰੇ ਆਏ 10-11 ਵਜੇ, ਉਦੋਂ ਸੀਗਾ ਸੰਤਾ ਸਿੰਘ ਉਦੋਂ, ਅਤੇ ਕਹਿੰਦੇ ਜੀ ਅਸੀਂ ਲੈਣਾ, ਕਹਿੰਦੇ ਉਸ ਤਾਂ ਬਹੁਤ ਲੇਟ ਪਹੁੰਚਿਆ, ਮੁਕਾਬਲਾ ਤਾਂ ਕੱਲ੍ਹ ਦਾ ਹੋਇਆ ਵਾ, ਹੱਸ ਕੇ ਕਹਿ ਦਿੰਦੇ ਸੀਗੇ ਅਸੀਂ ਜੇ ਕਹਿਣਾ ਵੀ ਇਸ ਤਰ੍ਹਾਂ ਕਰਕੇ ਵੀ ਉਹ ਪੁਲਿਸ ਵਾਲੇ ਆਏ ਆ, ਕਹਿੰਦੇ ਕੋਈ ਨਾ ਆ ਜਾਂਦਾ ਫਿਰ ਕੀ, ਮੈਂ ਕਿਹੜਾ ਕੁਛ ਕੀਤਾ ਵਾ, ਬਸ ਸੱਚ ਬੋਲਦੇ ਸੀਗੇ ਅਤੇ ਬਾਣੀ ਪੜ੍ਹਦੇ ਸੀਗੇ,
ਬਸ ਉਹਨਾਂ ਨੂੰ ਨਹੀਂ ਚੰਗੇ ਲੱਗਦੇ ਸੀ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਜਦੋਂ ਤੁਸੀਂ ਕਿਹਾ ਜਦੋਂ ਪਤਾ ਲੱਗ ਗਿਆ ਤੁਸੀਂ ਥਾਣੇ ਜਾਂਦੇ ਰਹੇ ਨਹੀਂ ਸੁਣਿਆਗਾ, ਉਸ ਤੋਂ ਬਾਅਦ ਕੀ ਹੋਇਆ ਫਿਰ? ਫਿਰ ਅਸੀਂ ਚੰਡੀਗੜ੍ਹ ਗਏ। ਅੱਛਾ ਜੀ। ਚੰਡੀਗੜ੍ਹ ਮਤਲਬ ਰਿੱਟ ਕੀਤੀ, ਉੱਥੋਂ ਸਾਡੇ ਨਾਲ ਅਫਸਰ ਆਇਆ ਅਤੇ ਉੱਥੋਂ ਆਉਂਦੇ ਨੂੰ ਸਾਨੂੰ ਲੇਟ ਹੋ ਗਏ ਅਤੇ ਪਹਿਲਾਂ ਅਸੀਂ ਕਿ ਜਿੱਥੇ ਪ੍ਰਸ਼ਾਦਾ ਪਾਣੀ ਹੋਊਗਾ ਜਾਊਗਾ ਉੱਥੇ ਹੀ ਹੋਣਗੇ, ਹੈ ਨਾ। ਅਤੇ ਉਹਨਾਂ ਨੇ ਪ੍ਰਸ਼ਾਦਾ ਪਹਿਲਾਂ ਸਟਾਫ ਤੋਂ ਕਹਿੰਦੇ ਹੈ ਨਹੀਂ ਥਾਣੇ ਆ, ਜੋ ਥਾਣੇ ਸਵੇਰੇ ਅਸੀਂ ਲੈ ਕੇ ਗਏ ਜਲ ਪਾਣੀ ਵਗੈਰਾ, ਉੱਥੇ ਵੀ ਕਹਿੰਦੇ ਸਾਡੇ ਕੋਲ ਨਹੀਂ। ਫਿਰ ਸ਼ਾਮ ਨੂੰ ਛਾਪਾ ਮਾਰਿਆ, ਸਾਨੂੰ ਦਿਸਣ ਮਿਲੇ। ਹੋਰ ਸਿੰਘ ਬਹੁਤ ਪਏ ਸੀਗੇ, ਬਸ ਮੈਂ ਸਾਰੇ ਆਪ ਮਤਲਬ ਇੱਥੇ ਥਾਣੇ 'ਚ ਵੀ ਸਾਰੇ ਕਮਰੇ ਦੇਖ ਕੇ ਆਉਂਦਾ। ਉੱਥੇ ਨਾਲ ਅਫਸਰ ਸੀਗਾ, ਫਿਰ ਉਹਨੇ ਪਹਿਲਾਂ ਪੁੱਛਿਆ ਬਈ ਇਹ ਤਾਂ ਕੋਈ ਕੇਸ 'ਤੇ ਕੋਈ ਤੁਹਾਡੇ ਬੰਦਾ ਫੜਿਆ ਵਾ? ਕਹਿੰਦੇ ਨਹੀਂ ਜੀ, ਸਾਡੇ ਕੋਲ ਤਾਂ ਫੜਿਆ ਹੀ ਨਹੀਂ। ਉਹ ਗੁਰਮੀਤ ਸਿੰਘ ਨੂੰ ਮਿਲਿਆ ਜਿਹੜਾ ਲੈ ਕੇ ਗਿਆ ਸੀਗਾ? ਉਹ ਤਾਂ ਮਿਲਿਆ ਹੀ ਨਹੀਂਗਾ। ਉਹ ਤਾਂ ਮੁਰਿਆ ਮੁੰਸ਼ੀ ਆ ਜਿਹੜੇ ਮਤਲਬ ਸੰਤਰੀ ਹੁੰਦੇ ਉਹੀ ਬਸ ਗਾਹਾਂ ਨਹੀਂ ਹੋਣ ਦਿੱਤਾ ਤੁਹਾਨੂੰ। ਫਿਰ ਹਾਈਕੋਰਟ ਨੇ ਕੁਛ ਨਹੀਂ ਕੀਤਾ ਅੱਗੇ ਵੀ ਭਾਈ ਬਰੰਟ ਅਫਸਰ ਵੀ ਭੇਜਿਆ ਬੰਦਾ ਵੀ ਨਹੀਂ ਮਿਲਿਆ? ਨਹੀਂ ਜੀ, ਕੁਛ ਨਹੀਂ। ਫਿਰ ਦੂਏ ਦਿਨ ਫਿਰ ਅਸੀਂ ਵਕੀਲ ਕੋਲ ਗਏ, ਇਸ ਤਰ੍ਹਾਂ ਇਹ ਵੀ ਕਰਕੇ ਦੇਖ ਲਿਆ ਅਤੇ ਉੱਥੇ ਮੈਨੂੰ ਮਤਲਬ ਕਲੇਰਾਂ ਦੀ ਮਾਈ ਸੀਗੀ, ਮੈਂ ਉਹਨੂੰ ਦੱਸਿਆ, ਮੈਂ ਕਿਹਾ ਵੀ ਸਿਆ ਰਾਤ ਆਏ ਸੀਗੇ। ਉਹ ਮੈਨੂੰ ਬੜਾ ਤਰ ਕਹਿੰਦੀ ਪੁੱਤ ਘਰੇ ਚਲੇ ਜਾਓ, ਕੋਈ ਨਾ ਬਲਾਕ ਜੂ ਪਤਾ। ਅਤੇ ਹੁਣ ਤਾਂ ਪਤਾ ਲੱਗ ਗਿਆ ਸੀ ਆਹ ਗੱਲ ਹੋ ਗਈ। ਅਤੇ 3 ਤਰੀਕ ਤੋਂ ਸ਼ਾਮ ਨੂੰ ਇਸ ਵੇਲੇ ਕਈ ਮਤਲਬ ਆਪਣੇ ਲੋਟ ਬਦੇ ਵਾਲੇ ਬਾਬਾ ਜੀ ਹੁੰਦੇ ਸੀ ਉਹ ਆਏ ਅਤੇ ਅਸੀਂ ਤਾਂ ਹੁਣ ਘਰੇ ਉਸ ਤਰ੍ਹਾਂ ਹੀ ਸੀਗੇ ਅਤੇ ਦੇਖ ਕੇ ਬਸ ਪੁੱਛ ਕੇ ਉਹ ਠੀਕ ਆ ਕਿ ਮੈਂ ਮੁੜ ਜਾਂਦੇ ਸੀ। ਉਹ ਬਾਅਦ ਸਾਨੂੰ ਦੱਸਦੇ ਆ ਕਿ ਸਾਨੂੰ ਬਾਹਰੋਂ ਪਤਾ ਲੱਗ ਗਿਆ ਸੀਗਾ ਵੀ ਸ਼ਹੀਦ ਕਰਤੇ, ਚਾਰ ਨੂੰ ਖਬਰ ਦਿੱਤੀ ਉਹਨਾਂ ਨੇ ਚਾਰ ਤਰੀਕ ਨੂੰ। ਤਸ਼ੱਦਦ ਦੀਆਂ ਕੀ ਕੀ ਕਹਾਣੀਆਂ ਸੁਣੀਆਂ ਤੁਸੀਂ ਲੋਕਾਂ ਤੋਂ ਸੁਣੀਆਂ ਹੋਣੀਆਂ ਵੀ ਕੀ ਹੋਇਆ ਸੀਗਾ ਉੱਥੇ? ਹਾਂਜੀ, ਉਹ ਮਤਲਬ ਜਦੋਂ ਤਾਂ ਥਾਣੇ ਸੀਗੇ ਸਟਾਫ ਵਿੱਚ, ਇੱਥੇ ਥਾਣੇ 'ਚ ਆਪਣੇ ਓਰਲੇ 'ਚ, ਉਦੋਂ ਮੈਂ ਪ੍ਰਸ਼ਾਦਾ ਲੈ ਕੇ ਜਾਂਦੀ ਸੀ ਅਤੇ ਉੱਥੇ ਡਾਕਟਰ ਸੀਗਾ ਕੋਲ ਅਤੇ ਉਹ ਦਵਾਈ ਦਵੂਈ ਦੇਣ ਗਿਆ ਸੀ ਅਤੇ ਮਾਤਾ ਸੀ ਕਿ ਮੈਨੂੰ ਕਹਿੰਦੀ ਬੈਸਰਾ ਵੀ ਦੇ ਜਾਓ। ਮੈਂ ਕਿਹਾ ਵੀ ਕੀ ਗੱਲ? ਕਹਿੰਦੀ ਬਈ ਲੱਤਾਂ ਬਾਹਰ ਨੀਲੀਆਂ ਹੋਈਆਂ ਪਈਆਂ, ਵੀ ਪੁੰਜ ਪੈ ਨਹੀਂ ਹੁੰਦਾ। ਮੈਂ ਬੈਸਰਾ ਦੇ ਕੇ ਆਉਂਦਾ ਸੀ ਜਦੋਂ ਰਾਤ ਨੂੰ ਅਤੇ ਉਹ ਬੈਸਰਾ ਜਦੋਂ ਸਾਡੇ ਉੱਥੋਂ ਥਾਣੇ ਗਏ ਅਤੇ ਕਹਿੰਦੇ ਬਈ ਇੱਥੇ ਨਿਗਾਹ ਨਾ ਸਾਨੂੰ ਬੈਸਰਾ ਫੜਾ ਤਾ, ਜਿਵੇਂ ਬੈਸਰਾ ਅਸੀਂ ਗੰਢ ਦੇ ਕੇ ਫੜਾਇਆ ਉਵੇਂ ਸੀ ਪਛਾਇਆ ਜੀ। ਫਿਰ ਜਦੋਂ ਸਟਾਫ 'ਚ ਗਏ ਹਾਂ ਅਤੇ ਸਟਾਫ 'ਚ ਵੀ ਉੱਥੇ ਮੂਹਰੇ ਹਸਪਤਾਲ ਗਾਲ ਵਾਲਾ ਸੀਗਾ, ਉੱਥੋਂ ਪੁਲਿਸ ਵਾਲਾ ਦਵਾਈ ਦਵੂਈ ਹੋਰਾਂ ਨੂੰ ਲੈ ਕੇ ਗਿਆ ਅਤੇ ਮੈਂ ਇਹਨਾਂ ਨੂੰ ਪੁੱਛਿਆ ਬਈ ਉਹਨਾਂ ਦਵਾਈ, ਮੈਂ ਕਿਹਾ ਭਾਈ ਚੰਗੀ ਤਰ੍ਹਾਂ ਦਵਾਈ ਦੇ ਦਿਓ। ਕਹਿੰਦੇ ਠੀਕ ਆ ਬਈ ਵਧੀਆ ਦਵਾਈ ਤਾਂ, ਅਤੇ ਮੈਂ ਉਹਨਾਂ ਨੂੰ ਆਖਿਆ ਬਹਿ ਸਕਦੇ ਆ? ਅਤੇ ਉਹਨਾਂ ਨੇ ਸਰ ਕਹਿੰਦੇ ਨਹੀਂ, ਅਤੇ ਮੈਂ ਆਖਿਆ ਰਜਾਈ ਦੀ ਢੋ ਢਾਲ ਲਾ ਕੇ, ਕਹਿੰਦੇ ਨਹੀਂ ਬਹਿ ਨਹੀਂ ਸਕਦੇ। ਕੁੱਟਮਾਰ ਵੀ ਬਹੁਤ ਜ਼ਿਆਦਾ ਕੀਤੀ ਉਹਨਾਂ? ਹਾਂਜੀ, ਫਿਰ ਕੁੱਟਮਾਰ ਹੀ ਕਰੀ। ਕੁਛ ਬੰਦੇ ਜਿਹੜੇ ਉਦੋਂ ਦੇ ਚਸ਼ਮਦੀਦ ਹੋਣਗੇ ਜਾਂ ਅੰਦਰ ਸੀ ਜਾਂ ਬਾਹਰ, ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਜਿਹੜੇ, ਹਾਂਜੀ ਕੀ ਕੀ ਦੱਸਿਆ ਉਹਨਾਂ ਨੇ, ਕੀ ਹੋਇਆ? ਉਹ ਕਹਿੰਦੇ ਜੀ ਜਾਂਦੇ ਇੰਨਾ ਕੁ ਸਦ ਕੀਤਾ ਜਾਂਦੇ ਜਾਂਦੇ ਗੁਪਤ ਅੰਗਾਂ 'ਤੇ ਵੀ ਠੁੱਡੇ ਮਾਰੇ ਸੀਗੇ ਜਾਂਦੇ ਅਤੇ ਜਾਂਦੇ ਚੱਡੇ ਪਾਠ 'ਤੇ ਸੀ ਉਹਨਾਂ ਦੇ ਜਾਂਦੇ। ਅਖੀਰ ਨੂੰ ਜਦੋਂ ਸ਼ਹੀਦ ਹੁੰਦੇ ਆ ਦੱਸਦੇ ਆ, ਕਹਿੰਦੇ ਵੀ ਜੇ ਲਾਸ਼ ਉਹਨਾਂ ਨੇ ਇੱਦਾਂ ਸੁੱਟਤੀ ਤਾਂ ਫਿਰ ਫੁੱਲ ਕੇ ਤਾਂ ਆਜੂਗੀ, ਪਰ ਉਹਦੇ ਟੋਟੇ ਕਰ ਕਰਕੇ ਦਰਿਆ ਦੇ ਵਿੱਚ ਰੁੜੇ ਜਾਂਦੇ ਵੀ ਲਾਸ਼ ਬਣਾ ਮਿਲੇ ਪਰਿਵਾਰ ਨੂੰ।
ਕਿਉਂਕਿ ਜਦੋਂ 4 ਦਸੰਬਰ ਨੂੰ ਸਾਨੂੰ ਪਤਾ ਲੱਗਿਆ, ਅਖਬਾਰਾਂ ਤੋਂ ਪਤਾ ਲੱਗਿਆ ਵੀ ਆਹ ਗੱਲ ਹੋ ਗਈ, ਕਹਿੰਦੇ ਵੀ ਭਗੌੜੇ ਹੋ ਗਏ, ਸਾਨੂੰ ਪਤਾ ਸੀ ਵੀ ਜਿਹੜਾ ਬੰਦਾ ਕੁੱਟਿਆ ਮਾਰਿਆ ਹੋਵੇ, ਜਿਹਦੀਆਂ ਲੱਤਾਂ ਬਾਹਾਂ ਤੋੜੀਆਂ ਹੋਣ ਅਤੇ ਕਿਵੇਂ ਭੱਜ ਲੂਗਾ। ਅਤੇ ਇੱਥੇ ਗਰਮੀਸੋਂ ਬਾਅਦ 'ਚ ਆਇਆ ਉਹ 7-8 ਵਜੇ, ਸਾਡੀ ਮਾਤਾ ਕਹਿੰਦੀ ਵੀ ਕਿੱਥੇ ਗਏ, ਅਤੇ ਮਾਤਾ ਕਹਿੰਦੀ ਵੀ ਸਾਨੂੰ ਗੁੱਸਾ ਸੀਗਾ, ਮਾਤਾ ਕਹਿੰਦੀ ਵੀ ਆਹੀ ਲੈ ਗਿਆ ਸਾਡੇ ਘਰੋਂ। ਮੈਂ ਜਦੋਂ ਭੱਜ ਕੇ ਮੈਂ ਗੁੱਸੇ ਨਾਲ ਗਈ ਉਹਦੇ ਕੋਲ, ਮਾਤਾ ਲਾ ਬਈ ਮੈਂ ਅੱਗੇ ਦਾ ਗਲਾਮਾ ਫੜਾਂ ਅਤੇ ਪੁਲਿਸ ਵਾਲੇ ਨੂੰ ਪਿੱਛੇ ਕਰਤਾ, ਬਸ ਮਾਤਾ ਬਸ ਮਾਤਾ, ਮੈਂ ਕਿਹਾ ਤੂੰ ਲੱਗਿਆ ਦੱਸ ਕਿੱਥੇ। ਬੜੀ ਔਖੀ ਘੜੀ ਸੀ ਉਹ, ਬਹੁਤ ਜ਼ਿਆਦਾ ਔਖੀ ਸੀ, ਬੱਚੇ ਬਹੁਤ ਨਿੱਕੇ ਸੀ, ਛੋਟਾ ਕਾਕਾ ਤਾਂ 3ਚੌਥੀ 'ਚ ਪੜ੍ਹਦਾ ਸੀ, ਗੁੱਡੀ 2ਚ ਪੜ੍ਹਦੀ ਸੀਗੀ, ਬਸ ਛੋਟੇ ਛੋਟੇ ਸੀ ਬੱਚੇ ਵੀ। ਤਾਂ ਤੁਸੀਂ ਦੱਸ ਰਹੇ ਸੀਗੇ ਕਿ ਜਾਂਦੇ ਉਹਨਾਂ ਤੋਂ ਕਾਫੀ ਜਾਂਦੇ ਤਸੱਦਦ ਕੀਤਾ ਸੀਗਾ, ਸਾਡੇ ਪਿੰਡ ਦੇ ਬੱਚੇ ਵੀ ਸੀ 2 ਨਾਲ ਸੀਗੇ, ਉਹ ਕੁਛ ਬਾਹਰਲੇ ਵੀ ਜਦੋਂ ਉੱਥੇ ਸੀਗੇ ਥਾਣੇ 'ਚ ਉਹ ਵੀ ਦੱਸ ਰਹੇ ਸੀਗੇ, ਕਹਿੰਦੇ ਇੰਨਾ ਆਪਾਂ ਪਸ਼ੂ ਵੀ ਨਹੀਂ ਇੰਨਾ ਜਾਂਦੇ ਕੁੱਟ ਸਕਦੇ ਜਿੰਨਾ ਇਹਨਾਂ ਨੇ ਕੁੱਟਿਆ ਜਾਂਦੇ। ਕਹਿੰਦੇ ਜੋ ਉਹਨਾਂ ਤੋਂ ਹੋਇਆ ਉਹ ਕਹਿੰਦੇ ਸੀ ਵੀ ਦੱਸੋ ਹਥਿਆਰ ਕਿਤੇ, ਉਹ ਕਹਿੰਦੇ ਜੇ ਜਿਹੜਾ ਮੇਰੇ ਕੋਲ ਹੁੰਦਾ ਅੱਜ ਤੱਕ ਵੀ ਜਦੋਂ ਵੀ ਕਿਤੇ ਪੁਲਿਸ ਰੇਡ ਹੋਈ ਸੀ ਸਾਡੇ ਘਰ, ਕਹਿੰਦੇ ਆਮ ਹੀ ਕੋਈ ਮਸਲਾ ਹੋਣਾ ਜਾਂਦੇ ਆਉਂਦੇ ਜਾਂਦੇ ਮਾਰ ਜਾਂਦੇ, ਕਦੇ ਵੀ ਕੋਈ ਅਨਲੀਗਲ ਸਾਡੇ ਘਰੋਂ ਚੀਜ਼ ਨਹੀਂ ਮਿਲੀ, ਨਾ ਕੋਈ ਹਥਿਆਰ ਨਾ ਕੋਈ ਹੋਰ ਜਾਣਦੇ, ਨਾ ਕੋਈ ਸਾਡੇ ਕੋਲ ਖੜਕੂ ਕਦੇ ਫੜਿਆ ਗਿਆ ਜਾਣਦੇ। ਪਰ ਸਰਕਾਰ ਕਹਿੰਦੀ ਵੀ ਤੁਸੀਂ ਸਭ ਕੁਛ ਕਰਾਉਂਦੇ ਆ, ਇੱਕ ਉਹਨਾਂ ਦਾ ਕਸੂਰ ਇਹ ਸੀਗਾ ਬਈ ਉਹ ਸੱਚ ਨੂੰ ਸੱਚ ਕਹਿ ਦਿੰਦੇ ਸੀਗੇ, ਉਹਨਾਂ ਕੋਲ ਕੋਈ ਆ ਜਾਏ ਪ੍ਰਸ਼ਾਦਾ ਪਾਣੀ ਸ਼ਕਤ ਬਗੈਰ ਨਹੀਂ ਜਾਣ ਦਿੰਦੇ ਸੀ, ਕਹਿੰਦੇ ਵੀ ਗੁਰੂ ਦਾ ਸਿੰਘ ਵਾ ਵੀ ਆਪਾਂ ਜਿੰਨੇ ਯੋਗੇ ਹੈਗੇ ਆਪਾਂ ਸਿਖਾ ਕੇ ਤੋਰਨਾ ਵਾ। ਅਤੇ ਸਰਕਾਰਾਂ ਨੂੰ ਇਹ ਗੱਲਾਂ ਚੰਗੀਆਂ ਹੀ ਲੱਗਦੀਆਂ ਸੀਗੀਆਂ ਵੀ ਇੱਕ ਉਹਦੀ ਇੱਕ ਆਵਾਜ਼ 'ਤੇ ਬੰਦੇ ਇੰਨੇ ਇਕੱਠੇ ਹੋ ਜਾਂਦੇ ਆ। ਜਦੋਂ ਦੀਵਾਨ ਵੀ ਲਾਉਂਦੇ ਹੁੰਦੇ ਸੀ ਕਈ ਜਾਂਦੇ, ਕਈ ਸਨ 90 ਦੀ ਗੱਲ ਆ, ਜਾਂਦੇ ਦੀਵਾਨ ਲਾਉਂਦੇ ਰਹੇ, ਇੱਕ ਇੱਕ ਦਿਨ ਦੇ 4-4 ਦੀਵਾਨ ਲਾਉਂਦੇ ਸੀਗੇ, ਇੱਕ ਇੱਕ ਦੀਵਾਨ 'ਤੇ ਜਾਂਦੇ ਹੀ ਮੈਨੂੰ ਚੇਤੇ ਆ, ਛੋਟਾ ਜਿਹਾ ਸੀ ਮੈਂ, ਪਿੰਡ ਸਿਆਲ ਸੀਗਾ, ਜਾਂਦੇ ਦੀਵਾਨ ਲਾਇਆ ਸੀਗਾ, 3 ਦੀਵਾਨ ਲਾਏ ਤੋਂ 3 ਦਿਨ ਤੋਂ ਬਾਅਦ ਜਦੋਂ ਉੱਥੇ ਅੰਮ੍ਰਿਤ ਛਕਿਆ, ਇੱਕ ਦਿਨ 'ਚ 5,000 ਬੰਦੇ ਨੇ ਅੰਮ੍ਰਿਤ ਛਕਿਆ ਸੀ ਜਾਂਦੇ। ਸਰਕਾਰਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀਗੀਆਂ, ਉਹ ਕਹਿੰਦੇ ਵੀ ਸਿੱਖ ਕਾਹਦੋਂ ਸੱਜ ਰਹੇ। ਇਹ ਕਾਰਨ ਕੀ, ਇੱਕ ਉਹਨਾਂ 'ਚ ਜਜ਼ਬਾ ਸੀਗਾ, ਸੱਚ ਨੂੰ ਸੱਚ ਕਹਿਣ ਵਾਲਾ ਸੀਗਾ, ਉਹਨਾਂ 'ਚ ਭਲਾ ਕੋਈ ਸਿਆਸੀ ਲੀਡਰ ਹੋਵੇ, ਭਲਾ ਦੇ ਕੋਈ ਧਾਰਮਿਕ ਹੋਵੇ, ਜੇ ਉਹ ਗਲਤ ਸੀ ਉਹ ਗਲਤ ਨੂੰ ਗਲਤ ਕਹਿ ਦਿੰਦੇ ਸੀਗੇ। ਸਰਕਾਰਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀਗੀਆਂ। ਫਿਰ ਉਸ ਤੋਂ ਬਾਅਦ ਤੁਸੀਂ ਸਬਰ ਕਰਕੇ ਭੋਗ ਵਗੈਰਾ ਤੁਹਾਨੂੰ ਲੱਗਿਆ, ਤੁਹਾਨੂੰ ਪਤਾ ਹੀ ਲੱਗ ਗਿਆ ਸੀਗਾ ਕਿ ਨਹੀਂ ਰਹੇ, ਹੋਰ ਵੀ ਕਿਸੇ ਨੇ ਕਦੇ ਕੋਈ ਕਹਾਣੀ ਜਿਵੇਂ ਇਹ ਦੱਸ ਰਹੇ ਨੇ ਬੰਦੇ ਆ ਕੇ ਦੱਸਦੇ ਸੀ ਕੁਛ ਤੁਹਾਨੂੰ ਵੀ ਕੀ ਹੋਇਆ ਉਹਨਾਂ ਨਾਲ? ਇਹੋ ਤਾਂ ਫਿਰ ਦੱਸਦੇ ਸੀਗੇ ਜਿਹੜੇ ਕੋਈ ਉੱਥੇ ਸੀਗੇ ਵਿੱਚ ਮਗਰੋਂ ਹੌਲੀ ਦੱਸੀਗੇ ਵਿਆਹ ਕੁਛ ਵਾਹ ਹੋਇਆ ਵਾ, ਜਿਵੇਂ ਬਈ ਆਏ ਜਿਹੜਾ ਵੱਢਣ ਵਾਲੀ ਗੱਲ ਵੀ ਹੈ ਵੀ ਉੱਥੇ ਜਿਹੜਾ ਜੀ ਦੂਜਾ ਆਪਣੇ ਜਿਹੜਾ ਡਾਕਟਰ ਸੀਗਾ ਥਾਣੇ ਕੋਲ ਜਿਹੜਾ ਲੈ ਕੇ ਆਉਂਦਾ ਸੀਗਾ, ਕਹਿੰਦੇ ਜਿੱਦਾਂ ਮੈਂ 4 ਵਜੇ ਦਵਾਈ ਦੇਣ ਗਿਆ ਵਾਂ 31 ਤਰੀਕ ਨੂੰ, ਅਤੇ ਕਹਿੰਦੇ ਵੀ ਉਹ ਜੋ ਦਵਾਈ ਦੇਣ ਗਿਆ ਅਤੇ ਪੁਲਿਸ ਵਾਲੇ ਕਹਿੰਦੇ ਬਾਹਰ ਹੋ ਜਾਓ ਬਾਹਰ ਹੋ ਜਾਓ, ਬਾਅਦ ਬਾਹਰ ਹੋ ਜਾਓ, ਸਾਰਿਆਂ ਨੇ ਬਾਹਰ ਕੱਢਤਾ, ਅਤੇ 3-4 ਕਹਿੰਦੇ ਗੱਡੀਆਂ ਆਈਆਂ ਅਫਸਰਾਂ ਨੇ ਨਾਲ ਹੀ ਸੀ ਉਹਦੇ ਮਤਲਬ ਦੁਕਾਨ, ਕਹਿੰਦਾ ਮੁੜ ਕੇ ਡੇਢ ਦੇ ਬਾਹਰ ਲਾ ਲਿਆ ਉਹ, ਫਿਰ ਕਹਿੰਦਾ ਰਾਤ ਨੂੰ ਨੇਰੀ ਹੋ ਗਈ, ਉਦੋਂ ਇਹਨਾਂ ਨੇ ਕੰਮ ਕੀਤਾ ਸਾਰੇ ਜਿਹੜੇ ਕੋਈ ਕੰਮ ਵਾਲਾ ਸੀ ਕੋਈ ਸਾਰੇ ਬਾਹਰ ਕੱਢਦੇ ਸੀ ਇਹਨਾਂ ਨੇ। ਉਸੇ ਰਾਤ ਤੁਹਾਨੂੰ ਲੱਗਦਾ ਜੋ ਸਭ ਟੁੱਕ ਹੋਈ ਆ? ਹਾਂਜੀ ਉਸੇ ਰਾਤ।
ਇਹ ਗੱਲਾਂ ਦੇ ਬਾਅਦ 'ਚੋਂ ਬੰਦੇ ਆਏ ਕੋਈ ਜਿਹੜਾ ਵਿੱਚ ਕਦੇ ਆਫ ਦੀ ਰਿਕਾਰਡ ਜਿਹਨੇ ਦੱਸਿਆ ਵੀ ਮੇਰਾ ਦੱਸਿਓ ਨਾ ਮੈਂ ਉੱਥੇ ਸੀਗਾ? ਬਾਅਦ 'ਚੋਂ ਦੱਸਦੇ ਸੀਗੇ ਜਾਂਦੇ ਵੀ ਆਹ ਕੁਛ ਹੋਇਆ ਜਾਂਦੇ ਵੀ ਉੱਥੇ ਇਹਨਾਂ ਦਾ ਘੋਟਨੇ ਨਾਲ ਬਹਿਸ ਬੁਲਾਰਾ ਵੀ ਹੋਇਆ ਜਾਂਦੇ। ਉਹਨਾਂ ਨੇ ਜਦੋਂ ਗਾਲ ਕੱਢੀ ਤਾਂ ਉਹ ਕਹਿੰਦੇ ਵੀ ਤੂੰ ਇਹ ਗੱਲ ਨਹੀਂ ਕਰ ਸਕਦਾ, ਕਿਉਂਕਿ ਉਹ ਕਹਿੰਦੇ ਵੀ ਤੂੰ ਜਿਹੜੀ ਗੱਲ ਪੁੱਛਣੀ ਮੇਰੇ ਤੋਂ ਮੂੰਹ ਨਾ ਪੁੱਛ, ਤੂੰ ਮੇਰੇ ਨਾਲ ਗਾਲ ਨਹੀਂ ਕੱਢ ਸਕਦਾ। ਉਹ ਤੁਹਾਨੂੰ ਪਤਾ ਹੀ ਉੱਚੜ ਕਿਸਮ ਦਾ ਬੰਦਾ ਸੀਗਾ ਜੀ। ਤਾਂ ਉਹਨਾਂ ਨੇ ਜਦੋਂ ਇਹ ਗੱਲ ਕੀਤੀ ਉਹਦੇ ਗਲ ਮੈਨੂੰ ਹੱਥ ਪਾ ਲਿਆ ਸੀ ਘੋਟਨੇ ਦੇ, ਕਹਿੰਦੇ ਤੂੰ ਇਹ ਕੀ ਕਵੇਂਗਾ। ਅਤੇ ਉਦੋਂ ਬਾਅਦ ਫਿਰ ਉਹਨੇ ਜਦੋਂ ਇਹ ਗੱਲ ਹੋਈ ਤਾਂ ਬਾਹਰ ਆਪਦੀ ਸਿਕਿਉਰਿਟੀ ਨੂੰ ਸੱਦ ਕੇ ਜਾਂਦੇ, ਫਿਰ ਉਹ ਜੋ ਉਹਨਾਂ ਤੋਂ ਹੋਇਆ ਉਹਨਾਂ ਨੇ ਕੀਤਾ ਜਾਣਦੇ। ਉਹਨੇ ਫਿਰ ਬਦਲੀ ਕਰ ਲਈ ਹੈ ਇਹਨਾਂ ਸਾਰਿਆਂ ਦੀ, ਮਤਲਬ ਬਦਲੀਆਂ ਹੋਈਆਂ। ਮੈਂ 1 ਤਰੀਕ ਨੂੰ ਜਦੋਂ ਇਹ ਕਾਰਾ ਕਰ ਦਿੰਦੇ ਆ ਅਤੇ ਸਾਡੀ ਮਾਤਾ ਸੀ ਉੱਥੇ ਗਏ ਸੀਗੇ ਅਤੇ ਕੈਪਟਨ ਹਰਚਰਨ ਸਿੰਘ ਰੋਡੇ ਵੀ ਆਇਆ ਉੱਥੇ ਅਤੇ ਉਹ ਕਿਹਾ ਵੀ ਜਾ ਕੇ ਪਤਾ ਕਰੋ ਹੈ ਨਾ। ਅਤੇ ਹੋਰ ਵੀ ਲੀਡਰ ਆਉਂਦੇ ਸੀਗੇ ਜਦੋਂ ਉਹ ਗਏ ਤਾਂ ਇਹ ਘੋਟਨੇ ਹੋਣਾ ਜਿੰਨੇ ਵੀ ਸੀਗੀ ਇਹਨਾਂ ਦੇ ਸਾਰਿਆਂ ਦੇ ਹਾਰ ਪਾਈ ਜਾਂਦੇ ਸੀਗੇ। ਅਤੇ ਕੈਪਟਨ ਹਰਚਰਨ ਸਿੰਘ ਰੋਡੇ ਕਹਿੰਦਾ ਵੀ ਜਾਂਦੇ ਜਾਂਦੇ ਸਾਡਾ ਕੰਮ ਕਰ ਜਾਓ, ਵੀ ਜਥੇਦਾਰ ਨੂੰ ਛੱਡ ਜਾਓ। ਇਹਨਾਂ ਦਾ ਅਫਸਰਾਂ ਦਾ ਇਹ ਸੀਗਾ ਵੀ ਕਹਿਣਾ ਵੀ ਅਸੀਂ ਤਾਂ ਉੱਥੇ ਸਾਡੇ ਪਿੰਡ 'ਚ ਕਤਲ ਹੋ ਗਿਆ ਸੀਗਾ, ਝੂਠਾ ਹੀ ਉਹਨਾਂ 'ਤੇ ਪਾਤਾ ਜਾਣਦੇ, ਕਿਉਂਕਿ ਉਹਨਾਂ ਪਰਿਵਾਰ ਤਾਂ ਹੁਣ ਤੱਕ ਵੀ ਕਹਿੰਦਾ ਵੀ ਸਾਡੇ 'ਤੇ ਕੋਈ ਗੱਲ ਹੀ ਨਹੀਂ ਹੈਗੀ। ਤਾਂ ਕਹਿੰਦੇ ਉਹ ਕੇਸ ਪਾਤਾ, ਜੇਲ੍ਹ ਭੇਜਤਾ ਜੀ, ਭੇਜ ਦੇਣਾ ਵਾ, ਤੁਸੀਂ ਜਾ ਕੇ ਉੱਥੇ ਜ਼ਮਾਨਤ ਕਰਾ ਲਓ। ਕਹਿੰਦੇ 1 ਤਰੀਕ ਨੂੰ ਇਹ ਗੱਲ ਕਹਿੰਦੇ ਆ ਅਤੇ ਮੁੜ ਕੇ ਕਹਿੰਦੇ ਕਹਿੰਦੇ ਪਕੌੜੇ ਹੋ ਗਏ। ਤੁਹਾਨੂੰ ਕੀ ਲੱਗਦਾ ਉਹਨਾਂ ਦੇ ਕਤਲ 'ਚ ਕੋਈ ਹੋਰ ਵੀ ਸ਼ਾਮਿਲ ਸੀ, ਕੋਈ ਜਿਹੜੇ ਅਖੌਤੀ ਪੰਥਕ ਲੀਡਰ ਸੀ ਉਹ ਵੀ ਚਾਹੁੰਦੇ ਸੀ ਨਾ ਰਹਿਣ? ਦੇਖੋ ਜੀ, ਇਹ ਤਾਂ ਹੁਣ ਸਰਕਾਰਾਂ ਜਾਣਦੀਆਂ ਵਾ। ਅਸਲ 'ਚ ਕੀ ਸੀਗਾ ਜੀ, ਉਦੋਂ ਕੌਮ ਦੇ ਵਿੱਚ ਇਹ ਗੱਲ ਚਰਚਾ ਚੱਲ ਪਈ ਸੀਗੀ ਜੇ ਆਪਾਂ ਅਕਾਲ ਤਖ਼ਤ ਜਥੇਦਾਰ ਬਣਾਈਏ ਅਤੇ ਭਾਈ ਗੁਰਦੇਵ ਸਿੰਘ ਕੌਂਕੀ ਨੂੰ ਬਣਾਈਏ, ਕਿਉਂਕਿ ਉਹ ਤਾਂ ਵੀ ਉਹੀ ਇੱਕ ਕੌਮ ਦੀ ਅਗਵਾਈ ਕਰ ਸਕਦਾ ਵਾ। ਸਰਕਾਰਾਂ ਨੂੰ ਵੀ ਚੰਗਾ ਲੱਗਦਾ, ਲੀਡਰਾਂ ਨੂੰ ਵੀ ਚੰਗਾ ਲੱਗਦਾ ਸੀਗਾ ਵੀ ਜੇ ਕੋਈ ਇਹ ਇਹਨਾਂ ਦੇ ਮਗਰ ਕੌਮ ਲੱਗ ਗਈ ਤਾਂ ਸਾਨੂੰ ਔਖਾ ਹੋ ਜੂਗਾ ਜੀ। ਉਹਨਾਂ ਤੋਂ ਬਾਅਦ ਦਾ ਸਮਾਂ ਫਿਰ ਕਿਹਾ ਜਾ ਰਿਹਾ ਜੀ, ਮਤਲਬ ਤੁਸੀਂ ਬੱਚੇ ਪੜ੍ਹਾਉਣੇ ਸੀਗੇ ਜਾਂ ਸਾਰਾ ਪੜ੍ਹਾਏ? ਫਿਰ ਗੁਰੂ ਮਾਰੀ ਕਿਰਪਾ ਨਾਲ ਸਾਰੇ ਬੱਚੇ ਪਾਲੇ ਆ। ਮੈਂ ਇਕੱਲੀ ਸੀਗੀ, ਕੋਈ ਹੈ ਨਹੀਂ ਸੀ, ਕੋਈ ਇਹਨਾਂ ਦਾ ਦਾਦਾ ਦਾਦੀ ਜਾਂ ਤਾਇਆ ਚਾਚਾ ਕੋਈ ਨਹੀਂ ਸੀਗਾ। ਉਸ ਤੋਂ ਬਾਅਦ ਜਦੋਂ ਵੀ ਕੋਸ਼ਿਸ਼ ਕਰਦੇ ਸੀਗੇ ਵੀ ਆਪਾਂ ਕੇਸ ਚੱਕੀਏ, 1995 ਦੇ ਵਿੱਚ ਮੈਨੂੰ ਦੁਬਾਰੇ ਫਿਰ ਚੱਕ ਲਿਆ ਸੀਗਾ ਵੀ ਡਰਾਉਣ ਦੀ ਖਾਤਰ ਵੀ ਕੋਈ ਕੇਸ ਨਾ ਕਰਨ। ਮੈਂ +1 'ਚ ਪੜ੍ਹਦਾ ਸੀਗਾ, ਸਾਨੂੰ ਰਾਤ ਨੂੰ ਘਰੋਂ ਆਏ ਅਤੇ ਕੰਧਾਂ ਟੱਪ ਕੇ ਮੈਨੂੰ ਮੇਰੇ ਵੱਡੇ ਭਾਈ ਨੂੰ, ਛੋਟੇ ਭਾਈ ਨੂੰ, ਸਾਡੇ ਨੌਕਰ ਨੂੰ ਲੈ ਕੇ ਫੜ ਕੇ, ਉਸ ਤੋਂ ਬਾਅਦ ਛੋਟੇ ਭਾਈ ਨੂੰ ਨੌਕਰ ਨੂੰ ਦਿੱਤੀ ਛੱਡ ਗਏ, ਵੱਡੇ ਭਾਈ ਨੂੰ ਨਾਲ ਲੈ ਗਏ ਸੀਗੇ, ਉਹਨੂੰ ਦੂਜੇ ਦਿਨ ਛੱਡਿਆ। ਮੇਰੇ 'ਤੇ ਬਹੁਤ ਜ਼ਿਆਦਾ ਤਸੱਦਦ ਕੀਤਾ ਸੀਗਾ, ਸਿਰਫ ਕਾਰਨ ਕੀ ਸੀਗਾ ਵੀ ਇਹ ਕੇਸ ਨਾ ਚੱਕਣ। ਅਤੇ ਮੇਰੇ 'ਤੇ ਉੱਥੇ ਉੱਥੋਂ ਦਾ ਬੰਬ ਧਮਾਕੇ ਦਾ ਕੇਸ ਪਾਤਾ ਸੀਗਾ, ਲੁਧਿਆਣੇ ਬੰਬ ਧਮਾਕਾ ਸੀਗਾ। ਉਸ ਦਿਨ ਮੇਰੀ ਸਕੂਲ ਦੀ ਹਾਜ਼ਰੀ ਵੀ ਸੀਗੀ, ਅਸੀਂ ਅਦਾਲਤ ਵੀ ਪੇਸ਼ ਕੀਤੀ। ਚਲੋ ਬਾਅਦ 'ਚ ਲੰਮਾ ਸਮਾਂ ਕੇਸ ਚੱਲ ਕੇ ਡਿਸਚਾਰਜ ਹੋਇਆ, ਪਰ ਉਹਨਾਂ ਨੇ ਆਪਦੀ ਕੋਸ਼ਿਸ਼ ਕੀਤੀ ਵੀ ਪਰਿਵਾਰ ਨੂੰ ਟਰਾ ਕੇ ਰੱਖੀਏ, ਕਿਉਂਕਿ ਹਾਲਾਤ ਹੀ ਅਜੇ ਸੀਗੇ, ਉਦੋਂ ਕੋਈ ਕਾਨੂੰਨ ਨਹੀਂ ਸੀਗਾ। ਕਿਸ ਤਰ੍ਹਾਂ ਤਸੱਦਦ ਹੋਇਆ ਤੁਹਾਡੇ 'ਤੇ? ਤਸੱਦਦ ਜੋ ਮੈਨੂੰ ਜਾਂਦੇ 2 ਦਿਨ ਮੇਰੇ 'ਤੇ ਮੇਰੇ ਕਰੰਟ ਵੀ ਲਾਏ, ਪੁੱਠਾ ਵੀ ਲਮਕਾਇਆ, ਪਾਣੀ ਦੇ ਵਿੱਚ ਵੀ ਮੇਰਾ ਮੂੰਹ ਡੋਇਆ,
ਉਦੋਂ ਗੁਰਮੀਤ ਸਿੰਘ ਬੈਂਕੀ ਸੀਗਾ, ਉੱਥੇ ਸੀਗਾ ਹਰਦੀਪ ਸਿੰਘ ਢਿੱਲੋਂ SSB ਸੀਗਾ ਲੁਧਿਆਣੇ, ਅਤੇ ਇੱਕ ਸੀਗਾ ਸ਼ਿਵ ਕੁਮਾਰ। ਇਹ ਤਿੰਨਾਂ ਚੋਣਾਂ ਨੇ ਮੈਨੂੰ ਉੱਥੇ ਬਹੁਤ ਟੈਰੋਗਟ ਕੀਤਾ ਜਾਣ ਦੇ। ਬਸ ਉਹ ਕਹਿੰਦੇ ਵੀ ਤੇਰੇ ਕਿਹੜੀ ਖਾੜਕੂ ਜਥੇ ਮੈਨੂੰ ਸੰਬੰਧ। ਮੈਂ ਕਿਹਾ ਯਾਰ ਮੈਂ 10-11 ਸਾਲ ਦਾ ਹੈਗਾ, ਮੈਨੂੰ ਕਹਿੰਦਾ ਤੂੰ ਪਾਕਿਸਤਾਨ ਜਾ ਕੇ, ਮੈਂ ਕਿਹਾ ਮੈਨੂੰ ਦੱਸ ਦਿਓ ਕਿੱਥੇ ਮੈਂ ਜਾ ਕੇ, ਮੈਂ ਪੜ੍ਹਦਾ ਹੈਗਾ ਵਾਂ, ਦੱਸ ਦਿਓ ਕਿੱਥੇ ਜਾ ਕੇ ਆਇਆ ਵਾਂ। ਰੌਲਾ ਕੀ ਸੀਗਾ ਵੀ ਇਹ ਕੇਸ ਨਾ ਚੱਕਣੇ, ਇਹ ਕਿਹਾ ਫਿਰ ਵੀ ਕੇਸ ਜੇ ਖੋਲੋਗੇ ਤਾਂ ਫਿਰ ਤੁਹਾਨੂੰ ਮੁਕਾਬਲਾ। ਉਹ ਤਾਂ ਆਲਰੇਡੀ ਕਹਿੰਦੇ ਸੀਗੇ ਜਾਂਦੇ ਹੀ, ਅਤੇ ਕਹਿੰਦੇ ਵੀ ਆਪਦੇ ਪਿਓ ਵਾਲਾ ਹਾਲ ਦੇਖ ਲਓ। ਚਲੋ ਫਿਰ ਆਪਾਂ ਪਾਣਾ ਬੰਨ ਕੇ ਆਪਾਂ ਘਰ ਬਹਿ ਗਏ। ਉਦੋਂ ਬਾਅਦ ਮਾਨ ਸਾਹਿਬ ਨੇ ਰਿਟਾਂ ਪਾਈਆਂ ਜਾਂ ਹਾਈ ਕੋਰਟ 'ਚ ਪਾਈ ਜਾਂ ਸੁਪਰੀਮ ਕੋਰਟ 'ਚ ਪਾਈ, ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਉਹਦੇ ਵਿੱਚ। ਸਾਨੂੰ ਹੁਣ ਪਤਾ ਲੱਗਦਾ ਕਿਉਂਕਿ ਹੁਣ ਕੇਸ ਦੀ ਦੁਬਾਰੇ ਆਪਾਂ ਸੁਣੀ ਕਮੇਟੀ ਤੋਂ ਵਾਪਸ ਆਇਆ ਸੀਗਾ ਅਤੇ ਦੁਬਾਰੇ ਸ਼ੁਰੂ ਕਰਨ ਲੱਗੇ ਹਾਂ। ਹੁਣ ਸਾਨੂੰ ਇਹ ਵੀ ਪਤਾ ਲੱਗਿਆ ਜਦੋਂ ਕੈਪਟਨ ਸਰਕਾਰ ਆਈ ਆ, ਇਹਨਾਂ ਨੇ ਇੱਕ ਇਨਕੁਆਇਰੀ ਫਿਰ ਦੁਬਾਰੇ ਮਾਰਕ ਕੀਤੀ ਸੀ, SIT ਬਣਾਈ ਸੀਗੀ। ਉਹਦੇ ਵਿੱਚ ਮੁਖਵਿੰਦਰ ਸਿੰਘ ਛੀਨਾ, ਗੁਰਪ੍ਰੀਤ ਸਿੰਘ ਤੂਰ ਇਹ ਸੀਗੇ, ਅਤੇ ਉਹਨਾਂ ਨੇ BP ਤਿਵਾੜੀ ਦੀ ਰਿਪੋਰਟ ਤੋਂ ਅਲੱਗ ਹੀ ਜਾਣਦੇ ਬਣਾ ਕੇ ਕਹਿੰਦੇ ਵੀ ਉਹ ਤਾਂ ਭਗੌੜੇ ਹੋ ਗਏ ਅਤੇ ਉਹਨੂੰ ਫੜ ਕੇ ਅਦਾਲਤ 'ਚ ਪੇਸ਼ ਕੀਤਾ ਜਾਵੇ। ਇਹ ਰਿਪੋਰਟਾਂ ਦਾ ਅੱਜ ਤੱਕ ਕਿਸੇ ਨੂੰ ਜ਼ਿਕਰ ਨਹੀਂ ਗਾ, ਨਾ ਸਾਡੇ ਪਰਿਵਾਰ ਨੂੰ ਕਿਤੇ ਬਿਆਨ ਲਏ ਉਹਨਾਂ ਰਿਪੋਰਟਾਂ 'ਤੇ, ਨਾ ਸਾਡੇ ਕਿਸੇ ਹੋਰ ਤੋਂ ਬਿਆਨ ਲਏ। ਸਰਕਾਰਾਂ ਨੇ ਆਪ ਹੀ SIT ਬਣਾਈਆਂ, ਆਪ ਹੀ ਰਿਪੋਰਟਾਂ ਬਣਾ ਕੇ ਹਾਈਕੋਰਟ 'ਚ ਦੇ ਦਿੱਤੀਆਂ। 1% ਕਦੇ ਤੁਹਾਡੇ ਦਿਮਾਗ 'ਚ ਆਇਆ ਵੀ ਇਹ ਸੱਚ ਹੋ ਸਕਦਾ ਜੋ ਪੁਲਿਸ ਕਹਿ ਰਹੀ ਹੈ ਵੀ ਭਗੌੜੇ ਹੋ ਗਏ? ਬਿਲਕੁਲ ਵੀ ਨਹੀਂ, ਨਹੀਂ ਕਦੇ ਵੀ ਨਹੀਂ ਜੀ, ਕਿਉਂਕਿ ਭੱਜਣਾ ਤਾਂ ਉਹਨਾਂ ਦਾ ਕਦੇ ਗੱਲ ਹੀ ਨਹੀਂ ਸੀ ਜਾਂਦੀ। ਇੱਥੇ ਵੀ ਜਦੋਂ ਇਹ ਕਹਿੰਦੇ ਹੁੰਦੇ ਸੀਗੇ ਮੈਂ ਘਰ ਰਹਾਂ ਜਾਂ ਜੇਲ੍ਹ 'ਚ ਰਹਾਂ, ਮੈਂ ਤਾਂ ਬਾਣੀ ਪੜ੍ਹਨੀ ਆ, ਤਾਂ ਕਹਿੰਦੇ ਇਹ ਕਹਿੰਦੇ ਕਹਿੰਦੇ ਜੇ 5-4 ਮਹੀਨੇ ਲਾਏ ਹੁੰਦੇ ਆ ਸਾਡੀ ਬਾਣੀ ਕੰਠ ਹੋ ਜਾਂਦੀ ਸੀ ਜਾਂਦੇ, ਕਿਉਂਕਿ ਜਦੋਂ ਵੀ ਉਹਨਾਂ ਨੇ ਤੁਰਨਾ ਹਮੇਸ਼ਾ ਅਰਦਾਸ ਕਰਕੇ ਤੁਰਦੇ ਸੀਗੇ। ਸੰਨ 88 ਦਾ ਵਾਕਿਆ ਜਾਂਦੇ, ਅਤੇ ਉਦੋਂ TV 'ਚ ਵੀ ਆਇਆ ਸੀ ਜਦੋਂ ਸਰਕਾਰ ਫਿਰ ਉਹਨਾਂ ਨੂੰ ਸਾਰੇ ਸਿੰਘ ਸੰਬੰਧਾਂ ਨੂੰ ਉੱਥੇ ਲੈ ਕੇ ਆਏ ਸੀ ਜਦੋਂ ਆਪਰੇਸ਼ਨ ਬਲੈਕ ਥੰਡਰ ਹੋਇਆ ਸੀਗਾ, ਅਤੇ ਉੱਥੇ ਅਰਦਾਸ ਕਰਕੇ ਜਦੋਂ ਤੁਰੇ ਸੀਗੇ ਤਾਂ ਮੂਹਰੋਂ ਉੱਥੇ ਅੰਦਰੋਂ ਗੋਲੀ ਚੱਲਣ ਲੱਗ ਗਈ ਸੀਗੀ। ਇਹ ਸਰਕਾਰ ਕਹਿੰਦੀ ਵੀ ਜਾ ਕੇ ਅੰਦਰ ਜਿਹੜੇ ਖਾੜਕੂ ਨਾਲ ਗੱਲ ਕਰੋ ਜਾ ਕੇ, ਅਤੇ ਜਦੋਂ ਗੋਲੀ ਚੱਲਣ ਲੱਗ ਗਈ ਉਸ ਤੋਂ ਬਾਅਦ ਜਿਹੜੇ ਉੱਥੇ ਮੌਕੇ ਦਾ DC ਅਤੇ DIG ਸੀਗੇ ਉਹਨੇ ਰੋਕਿਆ ਵੀ ਭਾਈ ਅੰਦਰੋਂ ਗੋਲੀ ਚੱਲ ਪਈ। ਉਹ ਕਹਿੰਦੇ ਮੈਂ ਅਰਦਾਸ ਕੀਤੀ ਆ ਅਸੀਂ ਅੰਦਰ ਜਾਣਾ ਹੀ ਜਾਣਾ ਵਾ, ਅਤੇ ਉਸ ਟਾਈਮ ਫੋਟੋ ਵੀ ਆਏ ਸੀਗੇ ਇਹਨਾਂ ਨੇ ਉਦੋਂ, ਫਿਰ ਉਹ DC ਅਤੇ DIG ਨੂੰ ਪਾਸੇ ਕਰਕੇ ਕਹਿੰਦੇ ਮੈਂ ਜਾਣਾ ਵਾ, ਮੁੜ ਕੇ ਉੱਥੇ ਉਹਨੇ ਸਿਰ 'ਚ ਬੱਟ ਮਾਰ ਕੇ ਉੱਥੇ ਰੋਕਿਆ ਸੀ ਵੀਰ। ਜਦੋਂ ਉਹ 88 ਤੋਂ ਬਾਅਦ ਜਦੋਂ ਫੜ ਕੇ ਲੈ ਗਏ ਸੀਗੇ, ਉਦੋਂ ਬਾਅਦ 90 ਦੇ ਵਿੱਚ ਬਾਹਰ ਆਏ ਆ, ਅਤੇ ਜਦੋਂ ਬਾਹਰ ਆਏ ਆ ਸਭ ਤੋਂ ਪਹਿਲਾਂ ਉੱਥੇ ਦਰਬਾਰ ਸਾਹਿਬ ਆ ਗਏ, ਕਹਿੰਦੇ ਮੇਰੀ ਅਰਦਾਸ ਕੀਤੀ ਹੋਈ ਮੈਂ ਉੱਥੇ ਪਹਿਲਾਂ ਪੂਰੀ ਕਰਕੇ ਆਉਣੀ ਆ, ਫਿਰ ਘਰ ਆਏ ਸੀਗੇ ਜਾਂਦੇ, ਅਰਦਾਸ ਦੇਣੇ ਪੱਕੇ ਸੀਗੇ। ਤੁਹਾਡਾ ਤਾਂ ਬਚਪਨ ਸੀ, ਆਪਦੇ ਪਿਤਾ ਨੂੰ ਮਿਸ ਕਰਦਾ ਕੋਈ, ਆਪਣੇ ਤਾਂ ਬੱਚਾ ਜੇ ਹੁਣ ਤੁਹਾਡੇ ਬੱਚੇ ਨੇ ਜਦੋਂ ਤੁਸੀਂ ਚਲੇ ਜਾਂਦੇ ਹੋਊਗੇ ਕਿੰਨਾ ਮਿਸ ਕਰਦੇ ਆ ਉਹ, ਹਨਾ ਵੀ ਕਿੱਥੇ ਆ ਡੈਡੀ। ਤੁਹਾਡੇ ਲਈ ਇਹ ਵੀ ਬਹੁਤ ਔਖੇ ਪਲ ਸੀਗੇ ਜ਼ਿੰਦਗੀ 'ਚ ਕਿ ਖਤਮ ਹੁੰਦੇ। ਸਾਡੀ ਮਾਤਾ ਨੇ ਸਾਨੂੰ ਪਾਲਿਆ, ਚਲੋ ਪਰਿਵਾਰ ਦੇ ਚਲੋ ਜਦੀ ਜਾਇਦਾਦ ਸੀਗੀ, ਚਲੋ ਵਧੀਆ ਨਿਭਾ ਹੋ ਗਏ ਜਾਣਗੇ, ਨਹੀਂ ਤਾਂ ਜਿਵੇਂ ਜਿਹੜੇ ਹਾਲਾਤ ਸੀਗੇ ਪਰਿਵਾਰ ਵੱਡਾ ਸੀਗਾ ਔਖਾ ਹੁੰਦਾ ਜਾਂਦੇ।
ਆਖਰੀ ਵਾਰ ਕੀ ਗੱਲ ਹੋਈ ਸੀ ਤੁਹਾਡੀ, ਕੋਈ ਯਾਦ? ਆਖਰੀ ਵਾਰ ਜਦੋਂ ਇੱਥੇ ਲੈ ਕੇ ਜਾਂਦੇ ਆ, ਇੱਥੇ ਬੈਠੇ ਵਿਹੜੇ ਦੇ ਵਿੱਚ ਹੀ ਬੈਠੇ ਸੀਗੇ, ਅਤੇ ਮੈਂ ਇੱਥੇ ਇੱਥੇ ਜਦੋਂ ਆਇਆ ਅਤੇ ਜਦੋਂ ਇੱਥੇ ਵਿਹੜੇ 'ਚ ਬੈਠੇ, ਮਾਤਾ ਨੂੰ ਵੀ ਕਹਿੰਦੇ, ਮੈਨੂੰ ਕੋਲੇ ਸੱਦ ਕੇ ਕਹਿੰਦੇ ਦੇਖ ਵੀ ਤੂੰ ਮੇਰੇ ਬਰਾਬਰ ਦਾ ਹੋ ਗਿਆ, ਵੀ ਤੈਨੂੰ ਘੂਰ ਦੇਣ ਚੰਗੇ ਰਹਿ ਦੇ, ਤੂੰ ਜ਼ਿੰਮੇਵਾਰੀ ਸਾਂਭ ਹੋਣਾ ਉਹਦੀ, ਆਪਦੇ ਮਾਤਾ ਦੇ ਆਖੇ ਲੱਗਿਆ ਕਰ। ਗੱਲੀ ਗੱਲੀ ਸਮਝਾਉਣ ਲੱਗ ਗਏ ਸੀਗੇ ਜਾਂਦੇ, ਉਹਨਾਂ ਨੂੰ ਆਪਦੇ ਅੰਤ ਦਾ ਪਤਾ ਸੀਗਾ, ਕਿਉਂਕਿ ਹਮੇਸ਼ਾ ਬਾਣੀ ਪੜ੍ਹਨੀ ਬੰਦੇ ਨੂੰ ਪਤਾ ਲੱਗ ਹੀ ਜਾਂਦਾ ਵਾ। ਤੁਹਾਡੇ ਨਾਲ ਆਖਰੀ ਗੱਲਾਂ ਕੋਈ ਜ਼ਿੰਦਗੀ ਕੋਈ ਉਸ ਟਾਈਮ ਹੋਈਆਂ ਵੀ, ਹਾਂ ਜਿਵੇਂ ਇਹਨਾਂ ਨੇ ਕਿਹਾ ਕਿ ਇੰਡੀਕੇਟਰੀ ਸੀਗਾ ਵੀ ਦੱਸ? ਹਾਂਜੀ ਹਾਂਜੀ, ਮਤਲਬ ਵੀ ਇਸ ਤਰ੍ਹਾਂ ਗੱਲਾਂ ਕਰਦੇ ਰਹਿੰਦੇ ਸੀ, ਜੇ ਕੋਈ ਗੱਲ ਹੋਣੀ ਆ ਤੁਸੀਂ ਐਂ ਕਰੋ ਐਂ ਕਰੋ, ਕਿ ਮੈਂ ਕਹਿਣਾ ਤੁਸੀਂ ਮੇਰਾ ਕੀ ਪਤਾ ਵਾ ਕਦੋਂ ਮੈਨੂੰ ਲੈ ਜਾਣਾ, ਆਪਣੀ ਜ਼ਮੀਨ ਵੀ ਨਾ ਨੌਕਰ ਆਤੀ ਸੀ ਤਕੜੇ ਮਹੀਨੇ ਅੱਗੋਂ, ਮੈਂ ਕਹੇ ਕੀ ਗੱਲ, ਕਹਿੰਦੇ ਲੈ ਕੋਈ ਕੰਮ ਹੁੰਦਾ ਘਰੇ, ਮੈਂ ਜਿਵੇਂ ਜਾਂ ਤੁਸੀਂ ਕੋਈ ਕਰਨਾ ਹੁੰਦਾ ਅਤੇ ਆਪਦਾ ਕਰੀ ਚੱਲੋ, ਮੈਂ ਤਿਆਰ ਨਾ ਮੈਂ ਬਿਨਾਂ ਦੇ ਤਾ ਪਹਿਲਾਂ। ਤਾਂ ਤੁਹਾਡੀ ਉਸ ਤੋਂ ਬਾਅਦ ਜਿਹੜੀ ਕਾਨੂੰਨੀ ਲੜਾਈ ਦੇ ਅੰਦਰ ਮਦਦ ਕੀਤੀ ਕਿਸੇ ਨੇ? ਦੇਖੋ ਜੀ, 98 ਦੇ ਵਿੱਚ ਬੀਪੀ ਤਿਵਾੜੀ ਰਿਪੋਰਟ ਆਈ ਸੀਗੀ, ਅਤੇ ਉਦੋਂ ਸਾਰੇ ਆਉਂਦੇ ਸੀਗੇ, ਅਤੇ ਉਸ ਤੋਂ ਬਾਅਦ ਰਿਪੋਰਟ ਬਣਾ ਕੇ ਦੇਤੀ ਆ। ਉਦੋਂ ਬਾਅਦ ਕਈ ਸਰਕਾਰਾਂ ਆਈਆਂ, 5 ਸਰਕਾਰਾਂ ਪਹਿਲਾਂ ਸੀ, 6ਵੀਂ ਸਰਕਾਰ ਹੁਣ ਵਾ, ਹਾਲ ਤੱਕ ਕਿਸੇ ਨੇ ਕੁਝ ਨਹੀਂ ਕੀਤਾ। ਜਾਂਦੇ ਤੁਸੀਂ ਪੰਥਕ ਪਰਿਵਾਰ ਸੀ, ਅਕਾਲੀ ਦਲ ਦੇ ਨੇੜੇ ਰਹੇ ਹੋ, ਬਾਦਲ ਸਾਹਿਬ ਦੀ ਸਰਕਾਰ ਰਹੀ। ਦੇਖੋ ਜੀ, ਨਹੀਂ ਕਿਸੇ ਨੇ ਕੁਛ ਨਹੀਂ ਕੀਤਾ ਜੀ, ਕਿਉਂਕਿ ਉਦੋਂ ਬਾਅਦ ਵੀ ਸਰਕਾਰਾਂ ਆਈਆਂ, ਪਹਿਲਾਂ ਵੀ ਸੀਗੇ ਕਹਿੰਦੇ ਸੰਤੇ ਆ ਵੀ ਕੌਮ ਨੂੰ ਪਤਾ ਲੱਗ ਜਾਵੇ ਵੀ ਸਾਡੇ ਜਥੇਦਾਰ ਨਾਲ ਹੋਇਆ ਕੀ ਆ। ਚਲੋ ਸ਼ਹੀਦ ਤਾਂ ਆਪਾਂ ਨੂੰ ਪਤਾ ਹੀ, ਸ਼ਹੀਦ ਕਰਤੇ ਆ, ਉਹਦਾ ਕੋਈ ਲੁਕੀ ਛੁਪੀ ਗੱਲ ਨਹੀਂ, ਸਾਨੂੰ ਬਸ ਇਹੀ ਆ ਵੀ ਕਿੱਥੇ ਸ਼ਹੀਦ ਕੀਤੇ ਆ, ਵੀ ਕਿੱਥੇ ਸਿੱਟੇ ਜਾਂਦੇ। ਤੁਸੀਂ ਕਦੇ ਪਰਸਨਲੀ ਮਿਲੇ ਜਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂ ਕਦੇ ਕੈਪਟਨ ਨੂੰ? ਦੋਵੇਂ ਮੁੱਖ ਮੰਤਰੀ ਰਹੇ ਨੇ। ਹਾਂਜੀ, ਨਹੀਂ ਜੀ, ਪਹਿਲਾਂ ਉਦੋਂ ਮਿਲੇ ਸੀ 98 ਦੇ ਵਿੱਚ, ਉਦੋਂ ਬਾਅਦ ਨਹੀਂ ਕਿਸੇ ਪਿੰਡ ਮਿਲੇ ਜਾਂਦੇ, ਕਿਉਂਕਿ ਸਾਡਾ ਤਾਂ ਖੂਨ ਦਾ ਰਿਸ਼ਤਾ ਸੀਗਾ, ਜਥੇਦਾਰ ਕੌਮ ਦਾ ਸੀਗਾ, ਉਹਨਾਂ ਨੇ ਆਪ ਕਰਨੇ ਸੀਗੇ ਹਮੇਸ਼ਾ। ਜਾਂਦੇ ਘਰ ਵੀ ਗੱਲ ਕਰ ਦਿੰਦੇ ਸੀ, ਸਾਡੀ ਮਾਤਾ ਦੱਸ ਦਿੰਦੀ ਆ, ਉਹਨਾਂ ਨੇ ਕਹਿਣਾ ਭਾਈ ਬੱਚਿਆਂ ਦਾ ਖਿਆਲ ਰੱਖਿਓ, ਮੈਂ ਤਾਂ ਕੌਮ ਦਾ ਵਾਂ, ਜੋ ਕੌਮ ਮੈਨੂੰ ਸੇਵਾ ਲਊ ਮੈਂ ਤਾਂ ਉੱਧਰ ਜਾਣਾ ਵਾਂ। ਜਦੋਂ ਕਹਿੰਦੇ ਫੋਟੋ ਵੀ ਲੱਗੀ ਹੈਗੀ ਉੱਥੇ ਆਪਣਾ ਦਰਬਾਰ ਸਾਹਿਬ, ਉਦੋਂ ਵੀ ਗਰੇਵਾਲ ਹੋਰਾਂ ਨੇ ਕਹਿੰਦੇ ਪਹਿਲਕਦਮੀ ਕੀਤੀ, ਕੁਛ ਲੋਕਾਂ ਨੇ ਉਦੋਂ ਵਿਰੋਧ ਵੀ ਕੀਤਾ ਅੰਦਰ ਖਾਤੇ ਵੀ ਫੋਟੋ ਨਹੀਂ ਲੱਗਣ ਦੇਣੀ? ਦੇਖੋ ਜੀ, ਆਪਾਂ ਕਹਿੰਦੇ ਸਰਕਾਰਾਂ ਤਾਂ ਕਰਦੀਆਂ, ਚਲੋ ਉਹਨਾਂ ਨੂੰ ਕੋਈ ਮਜਬੂਰੀ ਹੋ ਗਈ, ਪਰ ਦੁੱਖ ਉਸ ਗੱਲ ਦਾ ਆਉਂਦਾ ਵਾ ਜਿਹੜੇ ਆਪਦੇ ਆਪ ਨੂੰ ਪੰਥਕ ਘਾਉਂਦੇ ਆ, ਉਹਨਾਂ ਨੇ ਵੀ ਉਦੋਂ ਫੋਟੋ ਲੱਗਣ 'ਚ ਵਿਰੋਧ ਕੀਤਾ, ਸਾਨੂੰ ਨਾਂ ਦਾ ਪਤਾ, ਪਰ ਆਪਾਂ ਕਹਿੰਦੇ ਵੀ ਕਾਹਨੂੰ ਆਪਾਂ ਵਿਵਾਦ 'ਚ ਨਹੀਂ ਪੈਣਾ ਚਾਹੁੰਦੇ, ਪਰ ਦੁੱਖ ਹੁੰਦਾ। ਪਹਿਲੇ ਵਾਰੀ ਸੰਗਤ ਨੂੰ ਲੈ ਗਏ ਇੱਥੇ,
ਅਤੇ ਜਦੋਂ ਸੰਗਤ ਨੂੰ ਲੈ ਗਏ ਹਾਂ ਉਦੋਂ ਤੂੰ ਬਹਾਨਾ ਮਾਰ ਕੇ ਚਲ ਮੋੜਤਾ, ਦੂਜੀ ਵਾਰ ਜਦੋਂ ਗਏ ਹਾਂ ਉਦੋਂ ਫਿਰ ਮੋੜਨ ਲੱਗੇ ਸੀਗੇ, ਪਰ ਸਾਡੇ ਹਲਕੇ ਦੇ ਮੈਂਬਰ ਐਜੀ ਪੀ ਸੀ ਗੁਰਚਰਨ ਸਿੰਘ ਗਰੇਵਾਲ, ਫਿਰ ਉਹਨਾਂ ਨੇ ਇਹ ਕਹਿਤਾ ਕਹਿੰਦੇ ਜੇ ਅੱਜ ਫੋਟੋ ਨਹੀਂ ਲਾਉਣੀ ਮੇਰਾ ਅਸਤੀਫਾ ਲੈ ਲਓ, ਮੈਂ ਫਿਰ ਨਹੀਂ ਆਉਣਾ। ਫਿਰ ਜਾ ਕੇ ਫੋਟੋ ਲੱਗੀ ਸੀਗੀ। ਦੁੱਖ ਆ, ਚਲੋ ਸਰਕਾਰਾਂ ਕਰਦੀਆਂ, ਮੈਂ ਇਹ ਨਹੀਂ ਕਹਿੰਦਾ ਸਰਕਾਰਾਂ ਦੀ ਕੋਈ ਮਜ਼ਬੂਰੀ ਹੋ ਗਈ, ਪਰ ਜਿੰਨੇ ਆਪਾਂ ਕਹਿੰਦੇ ਨਾ ਪੰਥਕ ਆਗੂ, ਉਹ ਇਹ ਚੀਜ਼ਾਂ ਕਾਰਨ ਦੁੱਖ ਲੱਗਦਾ। ਤੁਸੀਂ ਕੀ ਮੰਨਦੇ ਹੋ, ਕਿਉਂਕਿ ਅਕਾਲੀ ਦਲ ਤਾਂ ਹਮੇਸ਼ਾ ਸਿੱਖ ਪੋਲੀਟਿਕਸ ਹੀ ਕਰਦਾ ਰਿਹਾ, ਸਿੱਖ ਅਕਾਲੀ ਦਲ ਦਾ ਧੁਰ ਆ ਰਹੇ ਨੇਗੇ, ਰਿਪੋਰਟ ਆ ਜੇ ਸਰਕਾਰ ਅਕਾਲੀ ਦਲ ਦੀ ਹੋਵੇ, ਪ੍ਰਕਾਸ਼ ਸਿੰਘ ਬਾਦਲ ਦੀ ਕੋਈ ਮਜ਼ਬੂਰੀ ਹੋ ਸਕਦੀ ਹੈ ਜਾਂ ਕੋਈ ਪੋਲੀਟਿਕਸ ਹੋ ਸਕਦੀ ਹੈ, ਜਾਂ ਅਫਸਰ ਹੀ ਇੰਨੇ ਪਾਵਰਫੁੱਲ ਸੀ ਕਿ ਪੈਰ ਨਹੀਂ ਲੱਗਣ ਦਿੱਤੇ ਵੀ ਇਹ ਗੱਲ 'ਤੇ ਕੋਈ ਕਾਰਵਾਈ ਨਹੀਂ ਹੋਈ? ਦੇਖੋ ਜੀ, ਜਦੋਂ 1997-80 ਤੋਂ ਬਾਅਦ ਜਦੋਂ ਜੋ ਕੁਛ ਹੋਇਆ, ਕਿਉਂਕਿ ਕਮੇਟੀ ਵੀ ਉਹਨਾਂ ਨੇ ਬਣਾਈ, ਕਮੇਟੀ ਤਾਂ ਪ੍ਰਕਾਸ਼ ਸਿੰਘ ਬਾਦਲ ਨਹੀਂ ਬਣਾਈ, ਹਾਂਜੀ ਉਹਨਾਂ ਨੇ ਬਣਾਈ ਸੀ, ਯਾਨੀ ADGP ਨੂੰ ਲਾਇਆ ਵੀ ਬਾਦਲ ਨਹੀਂ, ਹਾਂਜੀ ਹਾਂਜੀ। ਫਿਰ ਤੁਸੀਂ ਕੀ ਸਮਝਦੇ ਹੋ? ਹੋ ਸਕਦਾ ਜੀ, ਦੇਖੋ ਜੀ, ਜ਼ਿਆਦਾਤਰ ਤਾਂ ਉਹ ਦੱਸ ਸਕਦੇ ਆ, ਕਿਉਂਕਿ ਜਿਹੜੀਆਂ ਏਜੰਸੀਆਂ ਵਾ, ਇੱਕ ਆਪਾਂ ਨੂੰ ਲੱਗਦਾ ਵੀ ਸਰਕਾਰਾਂ ਚਲਾਉਂਦੇ ਆ, ਪਰ ਸਰਕਾਰਾਂ ਤਾਂ ਏਜੰਸੀਆਂ ਚਲਾਉਂਦੀਆਂ ਵਾ। ਹਾਂਜੀ, ਹੁਣ ਵੀ ਦੇਖ ਲਓ ਜੀ ਜੇ ਕਿੰਨੇ ਕੇਸ ਹੋਏ ਆ ਜੀ, ਜਿਨ੍ਹਾਂ ਨੇ ਕੇਸ ਕੀਤੇ ਆ ਉਹ ਬਾਹਰ ਫਿਰਦੇ ਆ, ਇਕੱਲਾ ਇਹ ਕੇਸ ਨਹੀਂ, ਹੋਰ ਵੀ ਕੇਸ ਵਾ, ਜੋ ਕਿਸੇ ਨੂੰ ਸਜ਼ਾ ਨਹੀਂ ਹੋਈ। ਬੈਂਸ ਆਪਣੇ ਜਸਵੰਤ ਸਿੰਘ ਖਾਲੜੇ ਦਾ ਕੇਸ ਦੇਖ ਲਓ, ਬਾਬਾ ਚਰਨ ਸਿੰਘ ਦਾ ਦੇਖ ਲਓ ਜੀ, ਪਰ ਕਈ ਕੇਸਾਂ 'ਚ ਹੋਈ ਵੀ ਹੈ, ਨਹੀਂ ਹੋਈ ਹੈ ਜਾਂਦੇ, ਥੋੜ੍ਹੀ ਹੋਈ ਹੈ ਜਾਂਦੇ, ਪਰ ਜਿਹੜੇ ਅਸਲੀ ਮੁਜਰਮ ਆ ਜੜ ਨਹੀਂ ਫੜਦੇ, ਜਿਵੇਂ ਕਹਿੰਦੇ ਮੂਹਰਲੇ ਬੰਦਿਆਂ 'ਤੇ ਕਰਤਾ ਜਾਂਦੇ। ਅੱਜ ਤੱਕ ਇਹ ਵੀ ਆ, ਹੁਣ ਦੋ ਰਿਪੋਰਟਾਂ ਜਿਹੜੀਆਂ ਬਾਅਦ 'ਚ ਬਣਾਈਆਂ ਮੈਂ, ਸਾਨੂੰ ਹੁਣ ਹੌਲੀ ਹੌਲੀ ਪਤਾ, ਆਪਾਂ ਕੇਸ ਸਟੱਡੀ ਕਰਾਂਗੇ ਉਦੋਂ ਬਾਅਦ 'ਚ ਮਿਲਾਂਗੇ ਵੀ ਆਹ ਸਾਡੇ ਨਾਲ ਹੋਇਆ ਵਾ। ਦੋ ਰਿਪੋਰਟਾਂ ਬਾਅਦ 'ਚ ਹੋਈਆਂ, ਉਹ 'ਚ ਸਾਡੇ ਪਰਿਵਾਰ ਨੂੰ ਸਾਡੇ ਬਿਆਨ ਤੱਕ ਨਹੀਂ ਲੈ ਗਏ, ਉਹ 'ਚ ਸਾਡਾ ਪੱਖ ਨਹੀਂ ਰੱਖਿਆ ਗਿਆ। ਉਦੋਂ ਫਿਰ ਸਾਥ ਵੈਸੇ ਪਰਿਵਾਰ ਦਾ ਦਿੱਤਾ ਕਿਸੇ ਨੇ, ਵੈਸੇ ਚਲੋ ਆਪਾਂ ਸਿਆਸੀ ਤੌਰ 'ਤੇ ਨਾ ਕਹੀਏ, ਵੈਸੇ ਦਿੱਤਾ ਸਾਥ, ਕਿਉਂਕਿ ਲੋੜ ਹੁੰਦੀ ਹੈ ਇਹੋ ਜਿਹੇ ਮੌਕੇ 'ਤੇ ਜਦੋਂ ਇੰਨੀ ਛੋਟੀ ਉਮਰ 'ਚ ਇਹਨਾਂ ਦੇ ਪਿਤਾ ਜੀ ਚਲੇ ਗਏ ਜੀ? ਪਿੰਡ 'ਚੋਂ ਸੀਗੇ ਬਸ, ਬਈ ਹੌਲੀ ਹੌਲੀ ਪਿੱਛੇ ਹਟਦੇ ਜਾਂਦੇ ਸੀ, ਗੱਲ ਅਲਾਂ ਡਰਦਾ ਸੀ ਬਈ ਕਿਤੇ ਸਾਨੂੰ ਨਾ ਪੁਲਿਸ ਕੁਛ ਕਹਿ ਦੇਵੇ, ਸਾਨੂੰ ਨਾ ਪੁਲਿਸ ਕੁਛ ਕਹਿ ਦੇਵੇ, ਬਸ ਆਈ ਡਰੀ ਗਏ। ਅੱਛਾ, ਕੋਈ ਨੇੜੇ ਨਹੀਂ ਆਇਆ, ਕੋਈ ਮਤਲਬ ਕਿਸੇ ਨੇ ਮਦਦ ਨਹੀਂ ਕੀਤੀ ਵੀ ਹਾਂ ਭਾਈ ਅਸੀਂ ਨਾਲ ਹਾਂ ਤੁਹਾਡੇ? ਨਹੀਂ, ਆਉਂਦੇ ਸੀਗੇ ਜੀ, ਆਉਂਦੇ ਸੀਗੇ, ਮਾਨ ਸਾਹਿਬ ਵੀ ਆਏ ਆ, ਟੌੜਾ ਸਾਹਿਬ ਵੀ ਆਏ ਆ, ਠੀਕ ਆ, ਆਉਂਦੇ ਸੀਗੇ, ਪਰ ਹੌਲੀ ਹੌਲੀ ਸਮਾਂ ਪੈ ਗਏ। ਪ੍ਰਕਾਸ਼ ਸਿੰਘ ਬਾਦਲ ਵੀ ਆਏ ਕਦੇ? ਜੀ ਪ੍ਰਕਾਸ਼ ਸਿੰਘ ਬਾਦਲ ਨਹੀਂ ਆਏ, ਉਹ ਉਦੋਂ ਆਏ ਸੀਗੇ ਜਦੋਂ ਸੰਗਤ ਦਰਸ਼ਨ ਤਾਂ ਆਏ ਹੋਣਗੇ ਪਿੰਡ 'ਚ ਕਰਨ? ਨਹੀਂ ਜੀ, ਸਾਡੇ ਪਿੰਡ ਦਾ ਸੰਗਤ ਦਰਸ਼ਨ ਨਹੀਂ ਕਰਨ ਆਏ ਸੀਗੇ, ਪਰ ਸਾਡੇ ਪਿੰਡ ਜਦੋਂ ਸ਼ਹੀਦ ਕੀਤੇ ਆ ਉਸ ਦਿਨ ਆਏ ਜ਼ਰੂਰ ਸੀਗੇ, ਪਰ ਉਹਦੇ ਉਹਨਾਂ ਨੂੰ ਬਾਹਰ ਹੀ ਗ੍ਰਿਫਤਾਰ ਕਰ ਲਿਆ, ਉਦੋਂ ਮੁੜ ਕੇ ਨਹੀਂ ਆਏ। ਅੱਛਾ, ਆਏ ਸੀ? ਹਾਂਜੀ, ਉਦੋਂ ਆਏ ਸੀਗੇ, ਜਦੋਂ ਜਿੱਦੇ ਇਸ ਟਾਈਮ ਸ਼ਹੀਦ ਕਰਦੇ ਆ ਉਦੇ ਸਾਰੀਆਂ ਹੀ, ਟੌੜਾ ਸਾਹਿਬ ਵੀ ਆਏ ਸੀ, ਬਾਦਲ ਸਾਹਿਬ ਵੀ ਆਏ, ਤਲਵੰਡੀ ਸਾਹਿਬ ਵੀ ਆਏ ਸੀਗੇ, ਮਾਨ ਸਾਹਿਬ ਵੀ ਆਏ, ਬਾਬਾ ਜਗਿੰਦਰ ਸਿੰਘ ਵੀ ਆਏ ਸੀਗੇ, ਪਰ ਉਹਨਾਂ ਨੂੰ ਨੇੜੇ ਨਹੀਂ ਆਉਣ ਦਿੱਤਾ, ਉਹਨਾਂ ਨੂੰ ਰਾਹ 'ਚ ਹੀ ਰਿਫਰ ਕਰ ਲਿਆ। ਤਲਵੰਡੀ ਸਾਹਿਬ ਮੈਂ ਕਹੀਏ, ਤਲਵੰਡੀ ਸਾਹਿਬ ਵੀ ਸਾਡੇ ਪਰਿਵਾਰ ਨਾਲ ਕਾਫੀ ਨੇੜੇ ਸੀਗੇ, ਜੋ ਕਈ ਵਾਰ ਕੋਈ ਗੱਲ ਹੋਣੀ ਤਾਂ ਅਸੀਂ ਉਹਨਾਂ ਕੋਲ ਜਾਣਾ, ਸਾਡੇ ਪਰਿਵਾਰਕ ਰਿਲੇਸ਼ਨ ਵੀ ਸੀਗੇ ਉਹਨਾਂ ਨਾਲ, ਪਹਿਲਾਂ ਵੀ ਜਾਂਦੇ ਰਹੇ ਜਦੋਂ ਬਾਪੂ ਜੀ ਹਰਿਆਣੇ 'ਚ ਹੁੰਦੇ ਸੀਗੇ ਕੁਰੂਕਸ਼ੇਤਰ, ਉਦੋਂ ਤਲਵੰਡੀ ਸਾਹਿਬ ਸਾਡੇ ਨਾਲ ਜਾਂਦੇ ਰਹੇ।
ਸਤਲੁਜ ਦੇ ਕੰਢੇ ਖੜ੍ਹੇ ਹੋ ਜਾ ਕੇ ਕਦੇ ਜਿੱਥੇ ਇਹ ਕਿਹਾ ਗਿਆ ਕਿ ਹਾਂ ਇੱਥੇ ਉਹਨਾਂ ਦੀ ਲਾਸ਼ ਨੂੰ? ਜਦੋਂ ਲੰਘਦੇ ਹੋ ਉੱਥੋਂ ਦੀ ਮਨ ਚ ਆਉਂਦਾ ਤਾਂ ਇਹੀ ਆ, ਹੁਣ ਵੀ ਇਹੀ ਗੱਲ ਕਹਿੰਦੇ ਹਾਂ, ਕੌਮ ਸਾਡਾ ਤਾਂ ਚਲੋ ਪਿਤਾ ਜੀ ਸੀਗੇ, ਉਹ ਜੱਥਾ ਕੌਮ ਦੇ ਸੀਗੇ, ਕੌਮ ਹੁਣ ਵੀ ਇਕੱਠੀ ਹੋ ਕੇ ਉਹਨੇ ਕਿਸ ਦੀ ਪੈਰਵਾਈ ਕਰੇ, ਸਾਡਾ ਇਹ ਨਹੀਂ ਗਾ ਵੀ ਫਲਾਨਾ ਕਰੇ ਚੌਂਕ ਉਹ ਦੂਜਾ ਕਰੇ, ਅਸੀਂ ਤਾਂ ਕਹਿੰਦੇ ਵੀ ਸਾਰੇ ਸਾਂਝੇ ਹੋ ਕੇ ਉਹਨੇ ਕੇਸ ਦੀ ਪੈਰਵਾਈ ਕਰੇ, ਬਈ ਪਤਾ ਲੱਗੇ ਕੌਮ ਨੂੰ ਵੀ ਕੀ ਹੋਇਆ ਵਾ। ਇਹ 101% ਆ ਕਿ, ਕਿਉਂਕਿ ਦੂਜੀ ਧਿਰ ਦੇ ਵਿੱਚੋਂ ਬਥੇਰੇ ਇਸ ਤਰ੍ਹਾਂ ਦੇ ਰਿਐਕਸ਼ਨ ਆਉਂਦੇ ਆ, ਇਹ ਤੁਹਾਨੂੰ ਪੂਰਾ ਯਕੀਨ ਆ? ਜਾਂ ਇੱਥੋਂ ਦੇ ਲੋਕ ਵੀ ਕਹਿੰਦੇ ਨੇ ਕਿ ਉਹ ਪੂਰੀ ਤਰ੍ਹਾਂ ਬੇਕਸੂਰ ਸੀ, ਉਹਨਾਂ ਦਾ ਕੋਈ ਕਿਸੇ ਖਾਲਿਸਤਾਨੀ ਜਥੇਬੰਦੀ ਨਾਲ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ? ਜਥੇਦਾਰ ਉਹਨਾਂ ਨੂੰ ਮਿਲਣ ਸਾਰੇ ਆਉਂਦੇ ਸੀ। ਦੇਖੋ ਜੀ, ਇੱਕ ਕੌਮ ਦਾ ਜਥੇਦਾਰ ਹੋਣ ਦੇ ਨਾਤੇ ਉਹਨਾਂ ਨੂੰ ਸਾਰੇ ਮਿਲਣ ਆਉਂਦੇ ਸੀਗੇ। ਜਦੋਂ ਸਰਕਾਰ ਪਰਚਾ ਤਾਂ ਇਹੀ ਹੈ ਨਾ ਕਿ ਖਾਲਿਸਤਾਨੀਆਂ ਤੋਂ ਤੁਹਾਡੇ ਪਿੰਡ 'ਚ ਕਤਲ ਕਰਵਾਇਆ, ਇਹੀ ਪਰਚਾ ਨਾ? ਦੇਖੋ ਮੁੜ ਕੇ ਉਸ ਕੇਸ ਦਾ ਕੋਈ ਗਾਂਹ ਨਾ ਕਦੇ ਚਲਾਣ ਪੇਸ਼ ਹੋਇਆ ਨਾ ਕਦੇ ਹੋਰ ਹੋਇਆ, ਇੱਕ ਉਹਨਾਂ ਨੇ ਆਪਦੇ ਮਾਸ ਬਚਾਉਣ ਦੀ ਖਾਤਰ ਕਰਤਾ ਜੀ। ਜਦੋਂ ਸਰਕਾਰਾਂ ਨੂੰ ਲੋੜ ਹੁੰਦੀ ਸੀਗੀ 1988 ਦੇ ਵਿੱਚ, ਚਲੋ ਦਰਬਾਰ ਸਾਹਿਬ ਦੇ ਵਿੱਚ ਆਪਣੇ ਖੜਕੂ ਸਿੰਘ ਸੀਗੇ, ਉਦੋਂ ਸਰਕਾਰਾਂ ਆਪ ਲੈ ਕੇ ਆਉਂਦੀਆਂ ਸੀ, ਕਹਿੰਦੇ ਵੀ ਉਹਨਾਂ ਨੂੰ ਜਾ ਕੇ ਗੱਲ ਕਰੋ। ਉਦੋਂ ਨਹੀਂ ਸੀਗਾ ਵੀ ਆਪਾਂ ਇਹਨਾਂ ਖਾੜਕੂ ਦੇ ਕੋਲ ਕਦੋਂ ਭੇਜਦੇ ਹਾਂ, ਉਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਨੇ ਸਹੀ ਨੂੰ ਸਹੀ ਕਹਿ ਦੇਣਾ ਸੀਗਾ। ਜਦੋਂ ਜਥੇਦਾਰ ਸੀਗੇ 1987 ਦੇ ਵਿੱਚ, ਉੱਥੇ ਇੱਕ ਗੱਲ ਕਹਿਤੀ ਸੀਗੀ, ਕਹਿੰਦੇ ਗੁਰੂ ਰਾਮਦਾਸ ਜੀ ਦਾ ਲੰਗਰ ਵਾ, ਮੈਂ ਵੀ ਪੰਗਤ ਵਿੱਚ ਬਹਿ ਕੇ ਲੰਗਰ ਛਕੂੰਗਾ, ਜੋ ਲੀਡਰ ਆ ਜੋ ਖਾੜਕੂ ਆ ਉਹ ਪੰਗਤ ਵਿੱਚ ਬਹਿ ਕੇ ਲੰਗਰ ਛਕੂਗਾ, ਵੀ ਅੱਡ ਕੋਈ ਧੜਕਣ ਲਾਊਗਾ। ਉਹ ਕਹਿੰਦੇ ਗੁਰੂ ਰਾਮਦਾਸ ਜੀ ਮਰਜ਼ਾਦਾ ਇਹ ਆ ਵੀ ਪੰਗਤ ਵਿੱਚ ਬਹਿ ਕੇ ਲੰਗਰ ਛਕੂ। ਉਦੋਂ ਅਸੀਂ ਛੋਟੇ ਸੀਗੇ, ਨਾਲ ਦੇ ਸਿੰਘ ਦੱਸਦੇ ਆ, ਕਹਿੰਦੇ ਵੀ ਕਹਿੰਦੇ ਉਦੋਂ ਇਹ ਗੱਲ ਕਹਿੰਦੇ ਸੀ ਵੀ ਸੰਤ ਭਿੰਡਰਾਂ ਵਾਲੇ ਦੁਆਰੇ ਆ ਗਏ, ਕਿਉਂਕਿ ਚਿਹਰਾ ਮੂਰ ਉਹਨਾਂ ਦੇ ਨਾਲ ਮਿਲਦਾ ਸੀਗਾ। ਮਾਤਾ ਜੀ ਡਰ ਲੱਗਦਾ ਸੀ ਉਦੋਂ ਬਾਅਦ 'ਚੋਂ ਵੀ, ਕਿ ਜਿਵੇਂ ਤੁਹਾਡੇ ਬੱਚੇ ਸਾਰੇ ਬਾਅਦ 'ਚੋਂ ਬਾਹਰ ਚਲੇ ਗਏ, ਇੱਕ ਡਰ ਵੀ ਸੀ ਮਨ 'ਚ ਕਿ ਸ਼ਾਇਦ ਮੇਰੇ ਪਤੀ ਨਾਲ ਹੈ, ਬੱਚਿਆਂ ਨਾਲ ਪਤਾ ਨਹੀਂ ਕੀ ਹੋਊਗਾ? ਨਹੀਂ ਆਏ ਅਸੀਂ ਡਰੇ ਡੁਰੇ ਨਹੀਂ ਗਏ, ਡਰ ਜੇ ਤਾਂ ਅਸੀਂ ਕੋਈ ਗਲਤ ਕੰਮ ਕਰਦੇ ਫਿਰ ਹੀ ਡਰ ਹੁੰਦਾ ਵੀ ਹੁਣ ਪੁਲਿਸ ਆ ਗਈ, ਅਸੀਂ ਕੰਮ ਕੀਤਾ ਸਾਨੂੰ ਸਜ਼ਾ ਮਿਲੂਗੀ, ਜੇ ਅਸੀਂ ਗਲਤ ਕੰਮ ਹੀ ਨਹੀਂ ਕਰਿਆ। ਹੁਣ ਇੱਥੇ ਆ ਗਏ ਦੋ ਸਿੰਘ ਆ ਗਏ, ਮਤਲਬ ਆਪਾਂ ਪ੍ਰਸ਼ਾਦਾ ਛਕਾਉਂਦੇ ਉਹਨਾਂ ਨੂੰ, ਅਤੇ ਆਪਾਂ ਨੂੰ ਕੀ ਪਤਾ ਵੀ ਕਿੱਥੋਂ ਆਏ ਕਿੱਥੋਂ ਨਹੀਂ, ਆਪਾਂ ਤਾਂ ਉਹਨਾਂ ਸਿੰਘ ਜਾਣ ਕੇ ਪ੍ਰਸ਼ਾਦਾ ਛਕਾਤਾ, ਜਲ ਪਾਣੀ ਛਕਾਤਾ, ਨਾ ਅਸੀਂ ਕਦੇ ਕਿਸੇ ਨੂੰ ਆਖਿਆ ਵੀ ਇਹਨੂੰ ਐਂ ਕਰਿਓ ਨਾ ਕਰਿਓ, ਸਾਨੂੰ ਜਮਾ ਨਹੀਂ ਪਤਾ। ਸਮਝ ਜੇ ਨਾ ਅਖਬਾਰ 'ਤੇ ਖਬਰ ਸੁਣ ਲੈਂਦੇ ਸੀਗੇ ਵੀ ਫਲਾਨੇ ਬੱਸ 'ਚੋਂ ਕੱਢ ਕੇ ਮਾਰ 'ਤੇ ਆਹ ਕਰਤਾ, ਬਹੁਤ ਮਨ ਨੂੰ ਦੁੱਖ ਮੰਨਦੇ, ਕਹਿੰਦੇ ਦੱਸੋ ਕੀ ਇਹ ਹੋਈ ਜਾਂਦਾ ਵਾ, ਜਿੱਥੇ ਉਹਨਾਂ ਮਸੂਮਾਂ ਦਾ ਕੀ ਆ, ਬਹੁਤ ਦੁੱਖ ਮੰਨਦੇ ਸੀ ਜਦੋਂ ਮਤਲਬ ਇਹ ਕੰਮ ਹੁੰਦਾ ਸੀ, ਜਦੋਂ ਕਹਿੰਦੇ ਫਲਾਨੇ ਹਿੰਦੂ ਮਾਤਾ ਫਲਾਨਾ, ਅਤੇ ਬਹੁਤ ਦੁੱਖ ਮੰਨਦੇ ਸੀ ਕਈ ਥਾਵਾਂ 'ਤੇ ਪੰਜਾਬ 'ਚ। ਹਾਂਜੀ, ਪੰਜਾਬ 'ਚ ਖਬਰਾਂ ਸੁਣ ਲੈਣੀਆਂ ਵੀ ਅੱਜ ਇੱਥੋਂ ਬੱਸ 'ਚੋਂ ਖੇਡ ਕੇ ਆਇਆ ਕਰਤਾ, ਅੱਜ
ਪਰਿਵਾਰ ਨੇ ਹਿੰਦੂ ਪਰਿਵਾਰ ਨੂੰ ਕਹਿੰਦੇ ਦੇਖੋ ਕਿੰਨਾ ਗਲਤ ਕੰਮ ਕਰੀ ਜਾਂਦੇ ਆ, ਬਹੁਤ ਜਾਣੀ ਤਾਂ ਇਸ ਗੱਲ ਨੂੰ ਬੁਰਾ ਬਣਾਉਂਦੇ ਸੀਗੇ। ਅਤੇ ਲੀਡਰਾਂ ਬਾਰੇ ਹੁਣ ਫਿਰ ਜਦੋਂ ਵੀ ਮਸਲਾ ਉੱਠਿਆ, ਹੁਣ ਫਿਰ ਪੋਲੀਟਿਕਸ ਹੋਣੀ ਸ਼ੁਰੂ ਹੋ ਗਈ, ਤੈਨੂੰ ਪਤਾ ਹੀ ਆ ਲੀਡਰਾਂ ਨੂੰ ਤਾਂ ਮੁੱਦੇ ਚਾਹੀਦੇ ਹੁੰਦੇ ਨੇ ਪੋਲੀਟਿਕਸ ਕਰਨ ਦੇ ਲਈ, ਤਾਂ ਕੀ ਸੋਚਦੇ ਹੋ ਹੁਣ ਤੁਸੀਂ, ਕਿਉਂਕਿ ਤੁਸੀਂ ਧਾਰਮਿਕ ਲੀਡਰ ਵੀ ਸਾਰੇ ਦੇਖੇ ਨੇ, ਰਾਜਨੀਤਿਕ ਵੀ ਸਾਰੇ ਦੇਖੇ ਨੇ। ਅਸੀਂ ਤਾਂ ਇਹੀ ਗੱਲ ਕਹਿੰਦੇ ਹਾਂ ਜੀ, ਰਾਜਨੀਤੀ ਅਲੱਗ ਵਾ, ਇਕੱਠੇ ਹੋ ਕੇ ਇਹ ਨਾ ਹੋਵੇ ਆਪਾਂ ਚਾਰ ਦਿਨ ਰੌਲਾ ਪਾ ਕੇ ਫਿਰ ਆਪਾਂ ਆਪਣੀ ਥਾਂ 'ਤੇ ਬਹਿ ਜਾਈਏ। ਜੇ ਹੁਣ ਆਪਾਂ ਕੌਮ ਨੂੰ ਪਤਾ ਲੱਗਿਆ ਵੀ ਆਹ ਸਾਡੇ ਜਥੇਦਾਰ ਨਾਲ ਆਹ ਗੱਲ ਹੋਈ ਆ, ਅਤੇ ਹੁਣ ਆਪਾਂ ਕੇਸ ਨੂੰ ਕਿਸੇ ਤਣ ਪੱਤਣ ਲਾ ਕੇ ਹਟੀਏ, ਇਹ ਨਾ ਹੋਵੇ ਚਾਰ ਦਿਨ ਰੌਲਾ ਪਾ ਕੇ ਬਿਆਨ ਦੇ ਕੇ ਆਪਾਂ ਚੁੱਪ ਕਰ ਲਈਏ। ਆਮ ਆਦਮੀ ਪਾਰਟੀ ਦੀ ਸਰਕਾਰ ਆ ਹੁਣ ਪੰਜਾਬ 'ਚ, ਤੁਹਾਨੂੰ ਉਮੀਦ ਹੈ ਕੁਛ ਤੁਸੀਂ ਕਹਿਣਾ ਚਾਹੁੰਦੇ ਹੋਗੇ ਕੁਛ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਸਲੇ ਬਾਰੇ? ਅਸੀਂ ਤਾਂ ਇਹ ਕਰਨਾ ਚਾਹੁੰਦੇ ਹਾਂ ਜੀ ਵੀ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਵਾ ਉਹਨਾਂ 'ਤੇ ਕੇਸ ਦਰਜ ਕਰਕੇ ਫਸਟ ਟਰੈਕ ਅਦਾਲਤ ਵਿੱਚ ਕੇਸ ਚਲਾਇਆ ਜਾਵੇ। ਇਹ ਨਾ ਹੋਵੇ ਵੀ ਇੱਕ ਆਪਾਂ ਗੋਂਗਲੂ 'ਤੇ ਮਿੱਟੀ ਝਾੜਤੀ ਅਤੇ ਕੱਲ੍ਹ ਨੂੰ ਫਿਰ ਉਹ ਬਰੀ ਹੋ ਕੇ ਚਲੇ ਜਾਣ ਜਾਂਦੇ। ਇੱਦਾਂ ਸਾਨੂੰ ਤਾਂ ਇਹੀ ਅਰਦਾਸ, ਜੇ ਸਰਕਾਰਾਂ ਚਾਹੁਣ ਤਾਂ ਬਹੁਤ ਕੁਛ ਕਰ ਸਕਦੀਆਂ ਵਾ, ਜੇ ਨਹੀਂ ਚਾਹੁਣ ਇੱਕ ਬਿਆਨਬਾਜ਼ੀ ਕਰਕੇ ਆਪਾਂ ਬੰਦ ਕਰ ਸਕਦੇ ਹਾਂ। ਇੱਥੇ ਇਹ ਕਹਿੰਦੇ ਵੀ ਜੇ ਉਹਨਾਂ ਨੇ ਨਹੀਂ ਕੀਤਾ ਤੁਸੀਂ ਕਰ ਦਿਓ। ਸਾਨੂੰ ਪਤਾ ਲੱਗਣਾ ਚਾਹੀਦਾ ਵੀ ਕੀ ਗੱਲ ਹੋਈ ਆ, ਕਿਵੇਂ ਸ਼ਹੀਦ ਕੀਤੇ, ਬਸ ਇਹੀ ਸਾਨੂੰ ਪਤਾ ਲੱਗਣਾ ਚਾਹੀਦਾ ਵਾ। ਸਾਨੂੰ ਇਹ ਤਾਂ ਪਤਾ ਵੀ ਉਹ ਤਾਂ ਸਾਡੇ ਕੋਲ ਹੁਣ ਆਉਣੇ ਨਹੀਂ। ਹਰ ਸਾਲ ਉਹਨਾਂ ਦਾ ਤੁਸੀਂ ਸ਼ਹੀਦੀ ਦਿਹਾੜਾ ਮਨਾਉਂਦੇ ਹੋ ਜੀ? ਹਾਂਜੀ, ਆਪਾਂ ਘਰ ਦੇ ਵਿੱਚ ਹੀ 31 ਨੂੰ ਵਰਸੇ ਹੋ ਗਈ ਜਾਂਦੇ ਸਾਡੇ ਪਰਿਵਾਰ ਦੇ ਮੁਖੀ ਸੀਗੇ ਤੇ ਸਾਡੇ ਇਹ ਨੀ ਗਾ ਕੋਈ ਆਵੇ ਜਾਂ ਨਾ ਆਵੇ, ਤੇ ਇਸ ਦਿਨ ਮਨਾਉਣਾ ਜਾਂਦੇ ਸੰਗਤ ਆਉਂਦੇ ਆਪਦੇ ਆਪੇ ਆਉਂਦੇ ਸਾਰੇ ਜਿਹੜੇ ਆਉਂਦੇ ਕਦੇ ਸਪੈਸ਼ਲ ਸੱਦਾ ਨਹੀਂ ਦਿੱਤਾ ਕਿਸੇ ਨੇ ਕਿ ਸਭ ਨੂੰ ਪਤਾ ਹੀ ਹੈ ਵੀ ਇਸ ਤਰੀਕ ਦੀ ਬਾਚੀ ਆ, ਸਾਰੇ ਆਪ ਹੀ ਹੁੰਦੇ ਆ। ਕੀ ਵੀ ਗੱਲ ਚੱਲੀ ਕਿ ਜਿਹੜੇ ਉਦੋਂ ਉਸ ਤੋਂ ਬਾਅਦ ਜਥੇਦਾਰ ਆਏ ਜਾਂ ਉਸ ਤੋਂ ਬਾਅਦ SGPC ਪ੍ਰਧਾਨ ਆਏ, ਉਹਨਾਂ ਨੇ ਕਿਸੇ ਨੇ ਵੀ ਨਹੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਏ ਹੋਣ, ਅਤੇ ਉਹਨਾਂ ਦੀ ਤਾਂ ਸੰਸਥਾ ਔਰ ਉਹ ਸੰਸਥਾ ਜਿਹੜੀ ਸਭ ਤੋਂ ਸਾਰੇ ਸਿੱਖਾਂ ਦੇ ਅੰਦਰ ਮਕਬੂਲ ਸੰਸਥਾ, ਉਹਨਾਂ ਨੇ ਵੀ ਕੋਈ ਪਹਿਲਕਦਮੀ ਨਹੀਂ ਲਈ, ਉਹਦੇ ਬਾਰੇ ਕੀ ਕਹੋਗੇ ਤੁਸੀਂ? ਦੇਖੋ ਜੀ, ਹੁਣ ਇਹ ਤਾਂ ਉਹ ਜਿਹੜੇ ਮੌਜੂਦਾ ਰਹੇ ਆ ਉਹ ਦੱਸ ਸਕਦੇ ਵੀ ਕਿਉਂ ਨਹੀਂ ਚੱਕਿਆ, ਕਿਉਂਕਿ ਸਾਡੇ ਮਨ 'ਚ ਗਿਲਾ ਵੀ ਆ ਵੀ ਜਥਾ ਕੌਮ ਦੇ ਸੀਗੇ, ਕਿਸ ਕੌਮ ਨੂੰ ਲੜਨਾ ਚਾਹੀਦਾ ਸੀ। ਅਸੀਂ ਛੋਟੇ ਸੀਗੇ, ਸਾਡੀ ਮਾਤਾ ਇਕੱਲੀ ਸੀਗੀ, ਫਿਰ ਤਾਂ ਕਹਿੰਦੇ ਵੀ ਅਸੀਂ ਬੱਚੇ ਪੇਰਾਂ ਬੱਚੇ ਪਾਲ ਲਏ, ਹੁਣ ਚਲੋ ਵੱਡੇ ਹੋ ਗਏ ਆ, ਸਭ ਪਰਿਵਾਰ ਸੈਟਅਪ ਆਪਣੀ ਥਾਂ 'ਤੇ, ਹੁਣ ਕਿਸ ਸਾਹਿਬ ਦਾ ਲੜਾਂਗੇ ਜਾਂਦੇ। ਤਾਂ ਇਹ ਸੀ ਜਥੇਦਾਰ ਕੌਂਕੇ ਹੋਰਾਂ ਦਾ ਪਰਿਵਾਰ, ਉਹਨਾਂ ਦੇ ਪਤਨੀ ਅਤੇ ਉਹਨਾਂ ਦੇ ਬੇਟੇ। ਜਿਹੜੀ ਗੱਲ ਦਾ ਮੈਂ ਓਪਨਿੰਗ ਜ਼ਿਕਰ ਕੀਤਾ ਸੀਗਾ ਕਿ ਸੋਸਾਇਟੀ 'ਚ ਪੀਸ ਜਾਂ ਸਟੇਬਿਲਟੀ ਉਦੋਂ ਤੱਕ ਰਹਿੰਦੀ ਹੈ ਜਦੋਂ ਸਮਾਜ ਇਨਸਾਫ਼ 'ਤੇ ਟਿਕਿਆ ਹੁੰਦਾ। ਜਦੋਂ ਵੈਲਫੇਅਰ ਸਟੇਟ ਨਹੀਂ ਬਣੀ ਸੀ ਉਸ ਤੋਂ ਪਹਿਲਾਂ ਵੀ ਜਿਹੜੇ ਸਮਾਜ ਸੀ, ਚਾਹੇ ਉਹ ਆਦਿ ਸਮਾਜ ਸੀ ਜਾਂ ਫਿਰ ਉਹ ਮੱਧ ਯੁੱਗ ਦਾ ਦੌਰ ਸੀ, ਉਦੋਂ ਵੀ ਕਿਤੇ
ਘੱਟੋ ਘੱਟ ਇਨਸਾਫ ਦੀਆਂ ਸੰਭਾਵਨਾਵਾਂ ਪਈਆਂ ਹੁੰਦੀਆਂ ਸੀ। ਪਰ ਜਦੋਂ ਇਨਸਾਫ ਦੀਆਂ ਸੰਭਾਵਨਾਵਾਂ ਖਤਮ ਹੁੰਦੀਆਂ ਨੇ ਤਾਂ ਸਮਾਜ ਫਿਰ ਕਿਸੇ ਹੋਰ ਰਾਹ ਵੱਲ ਨੂੰ ਤੁਰਦਾ। ਸਮਾਜ ਕੋਈ ਧਰਮ ਕੋਈ ਭਾਈਚਾਰਾ ਕਿਸੇ ਹੋਰ ਰਾਹ ਵੱਲ ਨੂੰ ਨਾ ਤੁਰੇ। ਇਹਦੇ ਲਈ ਜ਼ਰੂਰੀ ਹੈ, ਸਟੇਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਜਿਹੜੇ ਲੋਕਾਂ ਨੇ ਕਾਨੂੰਨ ਦੇ ਰਾਖੇ ਹੋ ਕੇ ਕਾਨੂੰਨ ਨੂੰ ਆਪ ਭੰਗ ਕੀਤਾ।